Thank you.
ਉਥਰੀ ਦਿਲ ਲਗ ਨਾ ਮੇਰਾ ਨਾਮ ਸੁਭਗਾ ਉਥਰੀ ਦਿਲ ਲਗ ਨਾ ਮੇਰਾ ਨਾਮ ਸੁਭਗਾ ਜੀ ਲਾਲਾ ਗੋਲਾ ਮੇਰਾ ਨਾਮ
सुभागा जी, मेरा नाम सुभागा, मेरा नाम सुभागा, मेरा नाम सुभागा जी, जपत रहा तेरा नाम गुण हरामी नानक लाला बख्शे तुद वडे आई आद जुगाद दया पत दाता तुद बिन मुक्त न पाई मुल खरीदी लाला गोला मेरा नाम सुभागा Thank you.
शरण विचारो जय सिमरत गण का सी उधरी कहाँ को जस उधारो फयो टल थ्रू जा कै सिमरन हर निर्भय पद पाया दुख हरताए बिद को स्वामी तय काहे विसराया जब ही शरण गही कृपा निद गज ग्राह ते छूटा मिम्मा नाम कहाँ लो वरनो राम कहत बंधन तय टूटा अजामल पापी जग जाने निमुख माह निस्तारा नानक कहत चेत चिंता मन तें भी उतर पर साहिब गुरु तेग बहादुर महाराज नवे पातशाह इस शब्द दे विच वाहिगुरु दे शरण गिरन करके सारे दुखां पापां दी निवृत्ति होके इंसान जीव सुख दे समुद्र विच लीनता हासिल करता है। पहला उदाहरण पहली मिसाल गणका दी दित्ती जिसका पिछे तुसी सुनिया। दूसरी मिसाल ध्रू दी दिंदे हन भयो टल ध्रू जा कै सिमरन हर निर्भय पद पाया ध्रू नूं अटल पदवी जिस प्रभु दे सिमरन करके प्राप्त होई निर्भय पदवी मिली दुख हरताए बिद को स्वामी तैं काहे विसराया दुखां दे हरन वाला दुखां दे नाश करन वाला एहो जा वाहिगुरु ऐ मन तैं क्यों विसारिया है। हांजी ध्रू ਧਰੂ ਹੱਸਦਾ ਕਰੇ ਆਇਆ ਕਰ ਪਿਆਰ ਪਿਓ ਕੁਛੜ ਲੀਤਾ। ਸਾਡੇ ਦੇਸ਼ ਵਿੱਚ ਕਿਸੇ ਸਮੇਂ ਇੱਕ ਰਾਜਾ ਪਤਾਨਪਾਦ ਹੋਇਆ ਜਿਸਦਾ ਹਜ਼ਾਰਾਂ ਮਰੱਬਾ ਮੀਲ ਵਿੱਚ ਰਾਜ ਸੀ। ਉਸਦੇ ਦੋ ਰਾਣੀਆਂ ਸੁਰੁਚੀ ਔਰ ਸੁਨੀਤਾ ਦੋਵੇਂ ਸਕੀਆਂ ਭੈਣਾਂ ਸਨ। ਵੱਡੀ ਭੈਣ ਦਾ ਸੁਭਾਅ ਸੁਸ਼ੀਲਾ ਪਰਮਾਤਮਾ ਪਤਿਵਰਤਾ ਸੇਵਾ ਭਾਵ ਵਾਲਾ ਛੋਟੀ ਦਾ ਸੁਭਾਅ ਚੰਚਲ ਖੁਦਗਰਜ ਇਸ ਕਰਕੇ ਛੋਟੀ ਰਾਣੀ ਨੇ ਰਾਜਾ ਨੂੰ ਕਾਨਾ ਖੁਸ਼ੀ ਕਰਕੇ ਕੁਛ ਇਧਰਲੀਆਂ ਉਧਰਲੀਆਂ ਗੱਲਾਂ ਮਾਰ ਕੇ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਚੁਗਲੀ ਨਿੰਦਿਆ ਚੁਗਲੀ ਬਹੁਤ ਬੁਰੀ ਚੀਜ਼ ਹੈ। ਇਨਸਾਨ ਜਿਹੇ ਜੇ ਬਚਨ ਸੁਣਦਾ ਹੋ ਜਾਂ ਅਸਰ ਇਸ ਦੇ ਮਨ 'ਤੇ ਵਸ਼ ਪੈ ਹੀ ਜਾਇਆ ਕਰਦਾ। ਸੋ ਨਿੰਦਿਆ ਨੂੰ ਜਿੱਥੇ ਥਾਂ ਥਾਂ ਬੁਰਾ ਦੱਸਿਆ ਇਹਦੇ ਬੁਰੇ ਨਤੀਜੇ ਦੱਸੇ ਕਈਆਂ ਫਰਮਾਨ ਕੀਤਾ ਹੈ। ਨਿੰਦਾ ਭਲੀ ਕਿਸੇ ਦੀ ਨਾਹੀ ਮਨੁੱਖ ਲੋਕੀ ਕਰਦੇ ਨਿੰਦਾ ਭਲੀ ਕਿਸੇ ਦੀ ਨਾਹੀ ਮਨੁੱਖ ਲੋਕੀ ਕਰਦੇ ਨੇ ਕਿਸੇ ਦੀ ਨਾਹੀ ਮਨੁੱਖ
ਫਲੇ ਕਿਸੇ ਕੀ ਨਾਹੀਂ ਮਨ ਮੁਖ ਮੁਗਤ ਕਰਨ ਹੁਣ ਕਾਲੇ ਤਿੰਨਾਂ ਨਿੰਦਕਾਂ ਨਰਕੇ ਖੋਰ ਪਵਨ। ਨਿੰਦਾ ਦਾ ਫਲ ਦੱਸੇ ਦੁਨੀਆਂ ਵਿੱਚ ਜਦ ਤੱਕ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ ਈਸ਼ਵਰੀ ਕਾਨੂੰਨ ਵੀ ਕੰਮ ਕਰਦੇ ਰਹਿਣਗੇ, ਕਿਉਂਕਿ ਜਦ ਤੋਂ ਕੋਈ ਗਵਰਨਮੈਂਟ ਬਣਦੀ ਹੈ ਜਦ ਤੱਕ ਉਹ ਰਹਿੰਦੀ ਹੈ ਉਹਦੇ ਅਸੂਲ ਵੀ ਚੱਲਦੇ ਰਹਿੰਦੇ ਹੈ। ਇਸੇ ਤਰ੍ਹਾਂ ਹੀ ਜਿਨ੍ਹਾਂ ਵਿੱਚੋਂ ਇਹ ਅਸੂਲ ਜਿਹਾ ਜੋ ਕੋਈ ਕਰਦਾ ਵੈਸਾ ਫਰਦਾ, ਜੈਸਾ ਬੀਜਦਾ ਵੈਸਾ ਵੱਢਦਾ। ਚੰਗੇ ਕਰਮਾਂ ਦਾ ਫਲ ਸੁੱਖ ਮਿਲਦਾ ਹੈ, ਬੁਰਿਆਂ ਦਾ ਦੁੱਖ ਮਿਲਦਾ ਹੈ। ਇਹ ਅਸੂਲ ਕਾਨੂੰਨ ਬਣੇ ਹੋਏ ਰੱਬੀ ਅਸੂਲ ਹਨ, ਜਿਹਨਾਂ ਵਿੱਚੋਂ ਇੱਕ ਨਿੰਦਾ ਨੂੰ ਵੀ ਬੁਰਾ ਦੱਸਿਆ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ ਮਨ ਮੁੱਖ ਮੁਗਤ ਕਰਨ ਮੂੰਹ ਕਾਲੇ ਤਿੰਨ ਨਿੰਦਕਾ ਨਰਕੇ ਕੋਰ ਪਵਨ। ਨਿੰਦਾ ਕਿਸੇ ਦੀ ਭਲੀ ਨਹੀਂ ਮਨ ਮੁੱਖ ਕਰਦੇ ਹਨ, ਫਲਕਿ ਉਹਨਾਂ ਦੇ ਧਰਮਰਾਜ ਦੀ ਦਰਗਾਹ ਵਿੱਚ ਮੂੰਹ ਖਾਲੇ ਕੀਤੇ ਜਾਣਗੇ, ਹੋਰ ਨਰਕਾਂ ਵਿੱਚ ਉਹਨਾਂ ਨੂੰ ਪਛਣਾ ਪੈਣਾ। ਇਹ ਨਿੰਦਾ ਦਾ ਫਲ ਦੱਸਿਆ। ਨਿੰਦਾ ਮਨ ਦੀ ਬਿਮਾਰੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ, ਹੋਮੇ ਦੀਰਘ ਰੋਗ ਹੈ, ਮਨ ਦਾ ਘੋੜ, ਮਨ ਦੀ ਟੀਬੀ, ਮਨ ਦੀ ਬਮਨ ਔਰ ਮਨ ਦੇ ਇਹੋ ਜਿਹੇ ਰੋਗ ਜਿਵੇਂ ਬਾਹਰ ਜਿਸਮਾਨੀ ਰੋਗ ਹਨ, ਇਸੇ ਤਰ੍ਹਾਂ ਮਨ ਦੇ ਮਾਨਸਿਕ ਰੋਗ ਹਨ। ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲੋਂ ਵੀ ਬਹੁਤੇ ਦੁਖਦਾਈ ਅਤੇ ਖਤਰਨਾਕ ਹਨ। ਸੋ ਜਿਸਮ ਦੇ ਰੋਗਾਂ ਦੀ ਹੱਦ ਤਾਂ ਜ਼ਿਆਦਾ ਤੋਂ ਜ਼ਿਆਦਾ ਮਰਨ ਤੱਕ ਹੋ ਸਕਦੀ ਹੈ, ਪਰ ਮਨ ਦੇ ਰੋਗ ਜਿਹੜੇ ਹਨ ਅੱਗੇ ਅਗਲੇ ਜਨਮ ਦੇ ਵਿੱਚ ਵੀ ਸੰਸਕਾਰ ਰੂਪ ਹੋ ਕੇ ਨਾਲ ਜਾਂਦੇ ਹਨ, ਤਾਂ ਅਤੇ ਇਹਨਾਂ ਨੂੰ ਦੂਰ ਕਰਨਾ ਲਾਜ਼ਮੀ ਹੈ। ਨਿੰਦਿਆਂ ਨੂੰ ਮਨ ਦਾ ਬਮਨ ਦੱਸਿਆ। ਬਮਨ ਜਿਸਮ ਦਾ ਬਮਨ ਕੀ ਹੁੰਦਾ? ਕੋਈ ਚੀਜ਼ ਖਾਣੀ ਉਲਟ ਜਾਣੀ, ਉਹਨੂੰ ਬਮਨ ਕਹਿੰਦੇ ਹਨ। ਕੋਈ ਚੀਜ਼ ਖਾਣੀ ਉਲਟ ਜਾਣੀ, ਉਲਟੀ ਆ ਜਾਣੀ, ਉਸਨੂੰ ਬਮਨ ਕਿਹਾ ਜਾਂਦਾ ਹੈ। ਜਿਵੇਂ ਇਹ ਸਰੀਰ ਦਾ ਬਮਨ ਹੈ, ਕਿਤਨੀ ਦੁਖਦਾਈ ਬਿਮਾਰੀ ਹੈ, ਇਸੇ ਤਰ੍ਹਾਂ ਨਿੰਦਾ ਜੋ ਹੈ ਇਹ ਵੀ ਮਨ ਦਾ ਬਮਨ ਹੈ, ਮਨ ਦੀ ਬਿਮਾਰੀ। ਸੋ ਜਿਵੇਂ ਉਹ ਸਰੀਰ ਨੂੰ ਦੁਖਦਾਈ ਹੈ, ਮਨ ਨੂੰ ਦੁਖਦਾਈ ਹੈ। ਨਿੰਦਿਆ ਚੁਗਲੀ ਤੋਂ ਪੈਣਾ ਹਨ। ਇਹ ਚੁਗਲੀ ਜੋ ਹੈ ਇਹ ਨਿੰਦਾ ਦੀ ਭੈਣ, ਇਹ ਦੋਨਾਂ ਦਾ ਬੁਰਾ ਨਤੀਜਾ ਦੱਸਿਆ। ਕਈ ਕੁ ਲੋਕਾਂ ਦਾ ਖਿਆਲ ਹੈ ਵੀ ਚੁਗਲੀ ਦੋ ਗੱਲਾਂ ਕਹਿ ਦੇਣੀਆਂ ਕਿਸੇ ਦੇ ਬਰਖਿਲਾਫ਼, ਕੀ ਇਹ ਇਸਦਾ ਇਹੋ ਜਿਹਾ ਬੁਰਾ ਫਲ, ਇਹੋ ਜਿਹੇ ਸਖ਼ਤ ਸਜ਼ਾਵਾਂ ਕਿਉਂ ਰੱਖੀਆਂ ਗਈਆਂ? ਸਾਸ਼ੰਗ ਥੋੜ੍ਹੀ ਜਿਹੀ ਗੱਲ ਨਹੀਂ, ਇਹਦੇ ਨਤੀਜੇ ਬਹੁਤ ਬੁਰੇ ਨਿਕਲਣ। ਦੇਖੋ ਨਾ, ਇੱਕ ਧਿਆਨ ਦੇ ਕੇ ਸੁਣੋ, ਕਿਤੇ ਇੱਕ ਕੋਈ ਪਠਾਨ ਹੈ, ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ। ਉਹ ਨੌਕਰ ਨੇ ਉਸ ਪਠਾਨ ਨੂੰ ਕਿਹਾ, ਖਾਨ ਜੀ ਮੈਂ ਪਹਿਲੇ ਹੀ ਅਰਜ਼ ਕਰਦੇ ਹਾਂ, ਮੇਰੇ ਵਿੱਚ ਇੱਕ ਨੁਕਸ ਹੈ, ਉਹ ਪਹਿਲੇ ਹੀ ਆਪਨੇ ਮਾਫ਼ ਕਰ ਦੇਣਾ। ਪੁੱਛਣਗੇ ਕੀ ਨੁਕਸ ਹੈ? ਕਹਿੰਦਾ ਕਿਤੇ ਕਿਤੇ ਚੁਗਲੀ ਕਰਦਾ ਹੁਣ, ਹਮੇਸ਼ਾ ਨਹੀਂ ਕਿਤੇ ਕਿਤਾਈ ਕਰਦਾ ਹੁਣ, ਪਹਿਲੇ ਹੀ ਕਿਰਪਾ ਕਰਕੇ ਮੈਂ ਆਪ ਤੋਂ ਮਾਫ਼ੀ ਮੰਗਦਾ ਹਾਂ। ਕਿਤੇ ਕਿਤਾਈ ਚੁਗਲੀ ਕਿਆ ਚੀਜ਼ ਹੈ? ਦੋ ਗੱਲਾਂ ਕਹਿ ਦੇਣੀਆਂ ਕਿਆ ਹੈ? ਹਾਂ, ਕਹਿਣ ਲੱਗਾ ਮੈਂ ਪਹਿਲਾਂ ਕਹਿ ਦੇਣਾ ਆਪਣਾ ਫਰਜ਼ ਸਮਝਦਾ। ਖੈਰ ਇਸੇ ਤਰ੍ਹਾਂ ਉਹ ਨੌਕਰ ਰਹਿ ਪਿਆ, ਬੜੀ ਸੇਵਾ ਕੀਤੀ, ਹੋਰ ਬੜੇ ਅੱਛੇ ਗੁਣ ਹਨ। ਕਾਫ਼ੀ ਦੇਰ ਤੋਂ ਬਾਅਦ ਜਦੋਂ ਉਹ ਪਠਾਨ ਖਾਨ ਔਰ ਬੀਵੀ ਜੀ ਦੋਵੇਂ ਉਸਦੀ ਸੇਵਾ 'ਤੇ ਅਤਿਅੰਤ ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਉਸਨੇ ਆਪਣਾ ਸੁਭਾਅ ਪ੍ਰਗਟ ਕਰਨਾ ਸ਼ੁਰੂ ਕੀਤਾ। ਸੋ ਬੀਬੀ ਜੀ ਕੋਲ ਕਹਿਣ ਲੱਗਾ, ਬੀਬੀ ਜੀ ਇੱਕ ਬੜੀ ਸ਼ੋਕਮਈ ਗੱਲ ਹੈ। ਪੁੱਛਣਗੀ ਕੀ? ਲੱਗੇ ਮੈਨੂੰ ਪਤਾ ਲੱਗਾ ਹੈ ਖਾਨ ਜੀ ਹੋਰ ਸ਼ਾਦੀ ਕਰਵਾਉਣਾ ਚਾਹੁੰਦੇ ਹਨ। ਇਹ ਗੱਲ ਭਲਾ ਕਦੋਂ ਬਰਦਾਸ਼ਤ ਹੁੰਦੀ ਹੈ ਜਨਾਨੀਆਂ 'ਤੇ? ਹੈਂ, ਕਹਿਣ ਲੱਗਾ ਹਾਂ ਮੈਨੂੰ ਕਿਸੇ ਅੱਛੇ ਪੱਕੇ ਵਸੀਲੇ 'ਤੇ ਪਤਾ ਲੱਗਾ। ਸੋ ਇਹ ਵੀ ਪਤਾ ਸੀ ਵੀ ਸਾਡੇ ਘਰ ਦਾ ਨੌਕਰ ਹੈ, ਦਿਨ ਰਾਤ ਘਰ ਵਿੱਚ ਰਹਿੰਦਾ, ਹੋਣੀ ਆ ਗੱਲ। ਬੜਾ ਫਿਕਰ ਪੈ ਗਿਆ, ਉਹ ਪੁੱਛਣ ਲੱਗੀ ਕੋਈ ਉਪਾਅ? ਹਾਂ ਉਪਾਅ, ਕਹਿਣ ਲੱਗੇ ਮੈਂ ਕਰ ਸਕਦਾ ਜੇ ਤੁਸੀਂ ਥੋੜ੍ਹੀ ਜਿਹੀ ਹਿੰਮਤ ਕਰੋ। ਉਹ ਕੀ? ਰਾਤ ਨੂੰ ਖਾਨ ਜੀ ਸੁੱਤੇ ਪਏ ਹੋਣ,
ਉਹਨਾਂ ਦੀ ਕੰਢੀ ਕੋਲੋਂ ਇੱਕ ਰੂਮ ਕੱਟ ਕੇ ਲਿਆ ਤਾਂ ਉਹਨੂੰ ਤਵੀਤ 'ਚ ਮੜ ਕੇ ਮੈਂ ਦਿਆਂਗਾ, ਫਿਰ ਸਾਰੀ ਜ਼ਿੰਦਗੀ ਖਾਨ ਜੀ ਤੁਹਾਡੇ ਹੁਕਮ ਵਿੱਚ ਰਹਿਣਗੇ, ਇਹ ਲਿਆ ਦਿਓ। ਸੋ ਉਹਨੂੰ ਕਹਾਲ ਪਈ ਬੀਬੀ ਜੀ ਨੂੰ ਵੀ ਛੇਤੀ ਖਾਨ ਜੀ ਮੇਰੇ ਕਾਬੂ ਵਿੱਚ ਹੋਣ। ਸੋ ਉਹਨੇ ਇਹ ਕੋਸ਼ਿਸ਼ ਕੀਤੀ, ਉੱਧਰ ਖਾਨ ਜੀ ਨੂੰ ਜਾ ਸਮਝਾਇਆ, ਖਾਨ ਜੀ ਤੇਰਾ ਹੁਸ਼ਿਆਰ ਕੇ ਸਮਿਆਂ ਕਰੋ, ਬੀਬੀ ਜੀ ਆਪ ਨੂੰ ਮਾਰਨ ਨੂੰ ਫਿਰਦੇ ਆ। ਉੱਧਰ ਵੀ ਭਰਮ ਪਾਤਾ, ਉਹਨਾਂ ਨੂੰ ਕਹਿਤਾ ਕੰਢੀ ਕੋਲੋਂ ਇੱਕ ਵਾਲ ਕੱਟ ਕੇ ਲਿਆਉਣਾ, ਉਹਦਾ ਤਵੀਤ ਬਣਾਉਣਾ ਮੈਂ। ਇਸੀ ਤਰ੍ਹਾਂ ਖਾਨ ਜੀ ਨੇ ਹੁਣ ਆਪਣੀ ਇੱਕ ਬੜੀ ਤਿੱਖੀ ਤੇਜ਼ ਤਲਵਾਰ ਬਿਸਤਰੇ ਦੇ ਹੇਠਾਂ ਰੱਖਣੀ ਸ਼ੁਰੂ ਕਰ ਦਿੱਤੀ। ਜੇਕਰ ਇਹੋ ਜਿਹਾ ਮੌਕਾ ਹੋਇਆ ਤਾਂ ਮੈਂ ਕਿਹੜਾ ਘੱਟ ਹਾਂ। ਇਸੀ ਤਰ੍ਹਾਂ ਹੁਣ ਬੀਬੀ ਜੀ ਕੋਈ ਮੌਕਾ ਤਾੜ ਦੇਣ, ਖਾਨ ਜੀ ਗੂੜੀ ਨੀਂਦ ਵਿੱਚ ਹੋਣ, ਉਸ ਵੇਲੇ ਚਾਕੂ ਨਾਲੇ ਕੰਢੀ ਕੋਲੋਂ ਰੋਮ ਕੱਟ ਲਵਾਂ। ਸੋ ਅੱਜ ਕੁਰਾੜੇ ਮਾਰ ਰਹੇ ਨੇ ਖਾਨ ਜੀ, ਬੀਬੀ ਜੀ ਨੂੰ ਮੌਕਾ ਲੱਭ ਗਿਆ। ਉਸ ਮੌਕੇ ਉਹਨਾਂ ਨੇ ਕੰਢੀ ਕੋਲੋਂ ਇੱਕ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਚਾਕੂ ਨਾਲ। ਉਹਨਾਂ ਨੂੰ ਵੀ ਇਸ ਗੱਲ ਦੇ ਸੰਸਕਾਰ ਪੱਕੇ ਹੋਏ ਸਨ, ਜਾਗ ਆ ਗਈ। ਹਾਂ, ਸਮਝਿਆ ਵੀ ਉਹ ਨੌਕਰ ਕਹਿੰਦਾ ਸੀ ਠੀਕ ਗੱਲ ਹੈ, ਮੇਰਾ ਗੱਲ ਵੱਢਣ ਲੱਗੀ ਹੈ। ਚਾਟੀ ਤਲਵਾਰ ਉਠਾਈ, ਸੱਤ ਟੁਕੜੇ ਕਰ ਦਿੱਤੇ। ਇਹੋ ਜਿਹੀ ਹਾਲਤ ਹੋਈ, ਦਿਨ ਚੜ੍ਹੇ ਸਾਰੇ ਪਤਾ ਲੱਗ ਗਿਆ ਖਾਨ ਨੇ ਆਪਣੀ ਬੀਵੀ ਜੀ ਮਾਰ ਦਿੱਤੀ ਹੈ। ਸਾਰੇ ਰਿਸ਼ਤੇਦਾਰਾਂ 'ਚ ਪਤਾ ਲੱਗ ਗਿਆ, ਉਹ ਵੀ ਬੜੀ ਜੋਸ਼ੀਲੀ ਕੌਮ ਦੇ ਬੰਦੇ ਸਨ, ਦੋ ਪਾਸੇ ਬੜੀਆਂ ਲੜਾਈਆਂ ਹੋਈਆਂ, ਹੋਰ ਬਹੁਤ ਸਾਰੇ ਕੁਛ ਤੋਂ ਖੂਨ ਹੋ ਗਏ। ਪਤਾ ਕੁਛ ਨਹੀਂ ਲੱਗਦਾ, ਪੁੱਛਣ ਕਿ ਗੱਲ ਕੀ ਹੈ, ਲੋਕ ਪੁੱਛਣ ਗੱਲ ਕੀ ਹੈ, ਕਿੱਥੋਂ ਚੱਲੀ ਗੱਲ ਹੈ। ਇਹਦਾ ਸਬੱਬ ਵੀ ਤਾਂ ਕੋਈ ਹੋਣਾ ਚਾਹੀਦਾ, ਕੋਈ ਕਾਰਜ ਹੈ ਜਿਹੜਾ, ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਸਬੱਬ ਹੋਇਆ ਕਰਦਾ ਹੈ, ਕਿਸੇ ਸਬੱਬ ਤੋਂ ਕਿਸੇ ਕਾਰਨ ਤੋਂ ਬਿਨਾਂ ਕੋਈ ਕਾਰਜ ਨਹੀਂ ਹੋਇਆ ਕਰਦਾ। ਲੜਾਈ ਦਾ ਵੀ ਕੋਈ ਨਾ ਕੋਈ ਕਾਰਨ ਹੋਣਾ ਚਾਹੀਦਾ ਹੈ, ਕੋਈ ਨਹੀਂ ਪਤਾ ਲੱਗਦਾ। ਅਖੀਰ ਉਹ ਨੌਕਰ ਕਹਿਣ ਲੱਗਾ, ਮੈਂ ਦੱਸ ਦਿੰਦਾ ਇਹਦਾ ਕਾਰਨ, ਸਬੱਬ ਮੈਂ ਦੱਸ ਦਿੰਦਾ। ਖਾਨ ਜੀ ਨੂੰ ਕਹਿਣ, ਖਾਨ ਜੀ ਮੈਂ ਆਪ ਤੋਂ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ, ਖਿਮਾ ਕਰਨ, ਮੈਂ ਕਿਤੇ ਕਿਤੇ ਚੁਗਲੀ ਕਰਦਾ ਹੁੰਦਾ। ਕਹਿਣਗੇ, ਗੱਲ ਕੁਛ ਵੀ ਨਹੀਂ, ਸਾਰੀ ਮਿਹਰਬਾਨੀ ਚੁਗਲੀ ਦੀ ਹੈ। ਇੱਥੇ ਤੱਕ ਇੱਕ ਚੁਗਲੀ ਦੇ ਨਾਲ ਦੋ ਝੋਂ ਗੱਲਾਂ ਇੱਧਰ ਉੱਧਰ ਕਹਿਣ ਦੇ ਨਾਲ ਕਿੱਥੇ ਤੱਕ ਨੌਬਤਾਂ ਪਹੁੰਚ ਗਈਆਂ। ਸਾਧ ਸਿੰਘ, ਚੁਗਲੀ ਬੁਰੀ ਬਲਾ ਹੈ, ਨਿੰਦਾ ਦੀ ਭੈਣ। ਜਿੱਥੇ ਨਿੰਦੇ ਦਾ ਇਹੋ ਜਿਹਾ ਕੌੜੇ ਫਲਾਂ ਇਤਨੀ ਸਜ਼ਾ ਰੱਖੀ ਹੈ ਨਿੰਦਕ ਵਾਸਤੇ, ਉਹ ਅਜਿਹੀ ਸਜ਼ਾ ਚੁਗਲੀ ਵਾਲੇ ਨੂੰ ਵੀ ਰੱਖੀ ਗਈ ਹੈ। ਹੁਣ ਨਿੰਦਕਾਂ ਦੇ ਕਾਲੇ ਜੱਗ ਵਿੱਚ ਦਰਗਾ, thank you.
ਨਿੰਦਾ ਦਾ ਬੜਾ ਭਾਰਾ ਦੋਸ਼ ਦੱਸਿਆ ਹੈ। ਤਾਂ ਨਿੰਦਾ ਚੁਗਲੀ ਕਰਕੇ ਕੁਛ ਇੱਧਰਲੀਆਂ ਉੱਧਰਲੀਆਂ ਗੱਲਾਂ ਕਹਿ ਕਹਾ ਕੇ ਰਾਜੇ ਉਤਮਨ ਪਾਤ ਦੀ ਛੋਟੀ ਰਾਣੀ ਨੇ ਰਾਜਾ ਨੂੰ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਨਤੀਜਾ ਇਹ ਹੋਇਆ, ਰਾਜਾ ਨੇ ਉਸਨੂੰ ਨਾਰਾਜ਼ ਹੋ ਕੇ ਆਪਣੇ ਖਾਸ ਮਹਿਲਾਂ ਤੋਂ ਅਲੈਦਾ ਕਰ ਦਿੱਤਾ। ਉਹਦੀ ਰਿਹਾਇਸ਼ ਵਾਸਤੇ ਇੱਕ ਅਲੈਦਾ ਮਕਾਨ ਹਵੇਲੀ ਦੇ ਦਿੱਤੀ, ਖਰਚ ਬੰਨ ਦਿੱਤਾ ਅਤੇ ਇਹ ਹੁਕਮ ਕੀਤਾ, ਤੂੰ ਮੈਨੂੰ ਮਿਲ ਨਹੀਂ ਸਕਦੀ, ਗੱਲਾਂ ਬਾਤਾਂ ਨਹੀਂ ਕਰ ਸਕਦੀ। ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ। ਸਮਾਂ ਪਾ ਕੇ ਧਰੂ ਦਾ ਜਨਮ ਹੋ ਗਿਆ। ਹੌਲੀ 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 5 ਸਾਲ ਦੀ ਉਮਰ ਹੋ ਗਈ ਧਰੂ ਦੀ। ਬੱਚਿਆਂ ਨੂੰ ਖੇਲ ਪਿਆਰੀ ਹੋਇਆ ਕਰਦੀ ਹੈ। ਸਰੀਰ ਦੀਆਂ ਜਿੱਥੇ 3 ਅਵਸਥਾਵਾਂ ਦੱਸੀਆਂ ਹਨ, ਬਾਲ ਜਵਾਨੀ ਔਰ ਬਿਰਧ ਪੁੰਨ, 3 ਅਵਸਥਾ ਜਾਣ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਚਪਨ, ਜਵਾਨੀ ਔਰ ਬੁਢਾਪਾ, ਇਹ 3 ਅਵਸਥਾ। ਭਜਨ ਤੋਂ ਬਿਨਾਂ 3 ਬੇਅਰਥ ਹਨ, ਭਜਨ ਦੇ ਨਾਲ 3 ਸਫਲੀਆਂ ਹਨ। ਉੱਥੇ ਥੋੜ੍ਹਾ ਜਿਹਾ ਖੋਲ੍ਹ ਕੇ 10 ਅਵਸਥਾ ਜ਼ਾਹਰ ਕੀਤੀਆਂ ਸਰੀਰ ਦੀਆਂ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, 5ਵੇਂ ਖਾਣ ਪੀਣ ਕੀ ਥਾਤ, 6ਵੇਂ ਕਾਮਨਾ ਪੁੱਛੇ ਜਾਤ, 7ਵੇਂ ਸੰਜ ਕੀਆ ਖਰਵਾਸ, 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਧੌਲੇ ਉੱਭੇ ਸਾਹ, 10ਵੇਂ ਦੱਦਾ ਹਵਾਸਵਾ। ਗਏ ਸੰਗੀਤ ਪੁਕਾਰੀ ਥਾ, ਉੜਿਆ ਹੰਸ ਦਸਾਇਆ, ਆਇਆ ਗਿਆ ਮੋਇਆ ਨਾ, ਪਿੱਛੋਂ ਪੱਤੋ ਸੱਦਿਓ ਖਾਂ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇਹ 10 ਹੀ ਅਵਸਥਾਵਾਂ ਜਿਹੜੀਆਂ ਸਰੀਰ ਦੀਆਂ ਖੁੱਲ੍ਹ ਕੇ ਦੱਸੀਆਂ ਹਨ। ਗੁਰੂ ਸ਼ਰਨ ਆਏ ਤੋਂ ਬਿਨਾਂ, ਭਜਨ ਤੋਂ ਬਿਨਾਂ ਬੇਅਰਥ ਹਨ, ਇਉਂ ਦੱਸਦੇ ਹਨ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਹੈ ਦੁਨੀਆ, ਗੁਰਬਿਨ ਡੁੱਬਦੀ ਜਾਂਦੀ। ਪਿਆਰ ਅਪੰਨੀ ਖੇਡ, ਚੌਥੀ ਅਵਸਥਾ ਜਦੋਂ ਸਰੀਰ ਦੀ ਆਉਂਦੀ ਹੈ, ਉਦੋਂ ਬੱਚਿਆਂ ਦਾ ਖੇਲ ਨਾਲ ਪਿਆਰ ਹੁੰਦਾ ਹੈ। ਸਾਰਾ ਸਾਰਾ ਦਿਨ ਖੇਲੀ ਜਾਂਦੇ ਹਨ, ਥਕੇਵਾਂ ਨਹੀਂ ਮੰਨਦੇ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ, ਚੰਗੇ ਵਸਤਰ ਹੋਣਗੇ, ਮਹਿਲੇ ਕਰ ਦੇਣਗੇ, ਫਾੜ ਦੇਣਗੇ, ਕੋਈ ਪਰਵਾਹ ਨਹੀਂ, ਲੇਕਿਨ ਖੇਲ ਪਿਆਰੀ ਹੈ। ਉਹ ਅਵਸਥਾ ਇਹੋ ਜਿਹੀ ਹੈ। ਇਸੇ ਤਰ੍ਹਾਂ ਧਰੂ ਵੀ ਆਪਣੇ ਆਉਣਦਿਆਂ ਬੱਚਿਆਂ ਨਾਲ ਰਲ ਮਿਲ ਕੇ ਖੇਡਦਾ ਹੈ। ਬਹੁਤ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ,
ਇਕੱਠੇ ਹੋ ਕੇ ਖੇਡਦੇ ਹਨ। ਕਿਤੇ ਕਿਤਾਈ ਉਹ ਰਾਜਾ ਦੇ ਮਹਿਲਾਂ ਵਿੱਚ ਵੀ ਚਲੇ ਜਾਂਦੇ ਸਨ, ਜਿੱਥੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ, ਕਿਉਂਕਿ ਬੱਚੇ ਨਿਰਵੈਰ ਹੁੰਦੇ ਹਨ, ਰਾਗ ਦੁਆਸ਼ ਤੋਂ ਬਰੀ ਹੁੰਦੇ ਹਨ, ਇਸ ਕਰਕੇ ਸਭ ਨੂੰ ਚੰਗੇ ਲੱਗਦੇ ਹਨ। ਉਹਨਾਂ ਨੂੰ ਰਾਜਾ ਦੇ ਮਹਿਲਾਂ ਵਿੱਚੋਂ ਜਾਣੋ ਕੋਈ ਰੋਕ ਨਹੀਂ ਸੀ। ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਕਰੂੰ, ਹੋਰ ਬੱਚਿਆਂ ਦੇ ਸਮੇਤ ਖੇਡਦੇ ਖੇਡਦੇ ਸਾਰੇ ਹੀ ਰਾਜਾ ਦੇ ਮਹਿਲਾਂ ਵਿੱਚ ਜਾ ਪਹੁੰਚੇ, ਜਿੱਥੇ ਰਾਜਾ ਇਕੱਲਾ ਬੈਠਾ ਸੀ। ਪਿਆਰ ਕਰਕੇ ਤੇ ਪਿਤਾ ਨੇ ਕੁਛ ਲੈ ਲਿਆ, ਪਿਆਰ ਪਿਓ ਪਿਛੜ ਲੀਤਾ। ਧਰੂ ਹੋਰ ਬੱਚਿਆਂ ਨਾਲ ਖੇਡਦਾ ਖੇਡਦਾ ਰਾਜਾ ਬੈਠਾ ਸੀ, ਉਸਦੇ ਮਹਿਲਾਂ ਵਿੱਚ ਪਹੁੰਚ ਗਏ, ਬੱਚੇ ਖੇਡ ਰਹੇ ਹਨ, ਰਾਜਾ ਇਕੱਲਾ ਬੈਠਾ ਪੁੱਛਣਾ ਸ਼ੁਰੂ ਕਰ ਦਿੰਦਾ ਹੈ, ਇਹ ਕਿਸ ਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ ਵਿੱਚੋਂ ਜਿਹੜਾ ਸਿਆਣਾ ਸੀ ਸਭ ਵਿੱਚੋਂ ਦੱਸਦਾ ਚਲਾ ਗਿਆ ਹੈ ਉਹਦਾ ਧਰੂ ਦੀ ਵਾਰੀ ਆਈ। ਸੋ ਉਸਦੀ ਬਾਬਤ ਦੱਸਿਆ ਵੀ ਇਹ ਉਹ ਮਕਾਨ ਵਿੱਚ ਇੱਕ ਮਾਈ ਰਹਿੰਦੀ ਹੈ, ਉਸਦਾ ਲੜਕਾ ਹੈ। ਜਦੋਂ ਰਾਜਾ ਨੇ ਇਹ ਗੱਲ ਸੁਣੀ, ਆਪਣੇ ਖੂਨ ਨੇ ਜੋਸ਼ ਖਾਧਾ, ਸਮਝੇ ਤਾਂ ਮੇਰਾ ਹੀ ਪੁੱਤਰ ਹੈ। ਮੋਹ ਨੇ ਖਿੱਚ ਖਾਧੀ ਚਾਠੀ, ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਧਰੂ ਅਸਦਾ ਖਰੇ ਆਇਆ ਕਰ ਪਿਆਰ ਪਿਓ ਕੁਛੜ ਲੀਤਾ। ਸੋ ਧਰੂ ਨੂੰ ਪਿਆਰ ਕਰ ਰਿਹਾ ਸੀ। ਇਹ ਗੱਲਬਾਤ ਸਾਰੀ
ਧਰੂ ਦੀ ਮਾਸੀ ਧਰੂ ਦੀ ਮਤਰੇਈ ਅੰਦਰ ਚਿਕਤਾਈ ਸੁਣ ਰਹੀ ਸੀ। ਉਸ ਤੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ, ਚਿੱਤ ਵਿੱਚ ਈਰਖ ਦੀ ਅਗਨੀ ਪ੍ਰਜੁਲਤ ਹੋਈ। ਝੱਟ ਹੀ ਚੀਕ ਉਠਾ ਕੇ ਧਰੂ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ। ਉੱਠਦੇ ਦੇ ਦੋ ਚਪੇੜਾਂ, ਇੱਕ ਸੱਜੇ ਪਾਸੇ ਮੂੰਹ ਅਤੇ ਖੱਬੇ ਪਾਸੇ। ਇਹ ਲਫ਼ਜ਼ ਵੀ ਕਿਹਾ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਜਾਂ ਰਾਜਾ ਦਾ ਪਿਆਰ ਲੈਣਾ ਸੀ ਤਾਂ ਮੈਥੋਂ ਜਨਮ ਲੈਂਦਾ, ਉਸ ਪੋਤਰੀ ਦੀ ਕੁੱਖੋਂ ਕਿਉਂ ਜੰਮਿਆ ਹੈ। ਇਹ ਲਫ਼ਜ਼ ਵੀ ਕਹੇ, ਚਪੇੜਾਂ ਇਹ ਸੱਟ ਵੱਜੀ, ਦੂਸਰੇ ਬੋਲੀ ਦੀ ਸੱਟ ਉਦੋਂ ਵੀ ਜ਼ਿਆਦਾ ਦੁਖਦਾਈ ਹੁੰਦੀ ਹੈ। ਤਾਂ ਧਰੂ ਸਿਆਣਾ ਸੀ, ਭਾਵੇਂ 5 ਸਾਲ ਦੀ ਉਮਰ ਸੀ, ਹੈ ਡਸਕੋਰੇ ਲੈਂਦਾ ਹੋਇਆ ਘਰ ਨੂੰ ਆ ਜਾਂਦਾ ਹੈ। ਖਾਂਤਰ ਬਤਰ ਹਨ ਮੂੰਹ ਲਾਲੋ ਲਾਲ ਹੈ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਬਾਹੋਂ ਪਕੜੀ ਉਠਾ ਲਿਆ, ਬਾਹੋਂ ਪਕੜੀ ਉਠਾ ਲਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਸੋਈਓ ਦਸਕੋਰੇ ਲੈਂਦਾ ਖਰਾ ਪਹੁੰਚਾ, ਅੱਜ ਪਹਿਲਾ ਦਿਨ ਹੈ ਧਰੂ ਦੀ ਮਾਤਾ ਨੇ ਆਪਣੇ ਪੁੱਤਰ ਦੀ ਇਹੋ ਜਿਹੀ ਦਿਸ਼ਾ ਦੇਖੀ, ਪ੍ਰਭੂ ਦੀ ਭਗਤੀ ਵਿੱਚ ਔਰ ਉਸ ਬੱਚੇ ਦੇ ਮੋਹ ਵਿੱਚ ਸਮਾਂ ਬਤੀਤ ਕਰ ਰਹੀ ਸੀ, ਹੋਰ ਕੋਈ ਆਸਰਾ ਨਹੀਂ। ਇਉਂ ਇਹੋ ਜਿਹੀ ਹਾਲਤ ਦੇਖ ਕੇ ਗੋਦ ਵਿੱਚ ਬਿਠਾਇਆ, ਪੁੱਛਣਾ ਸ਼ੁਰੂ ਕੀਤਾ, ਸੱਚ ਦੱਸ ਬੇਟਾ ਤੈਨੂੰ ਕਿਸੇ ਨੇ ਕੀ ਕੁਛ ਕਿਹਾ ਹੈ, ਇਹੋ ਜਿਹੀ ਹਾਲਤ ਤੇਰੀ ਹੋਈ ਅਤੇ ਸੱਚ ਸੱਚ ਦੱਸ ਅਸਲੀ ਗੱਲ ਕੀ ਹੈ। ਇਹ ਗੱਲ ਸੁਣ ਕੇ ਧਰੂ ਨੇ ਸਾਰੀ ਹਕੀਕਤ ਖੋਲ ਦੱਸੀ, ਮਾਤਾ ਪਹਿਲੇ ਵੀ ਸਾਰੇ ਬੱਚੇ ਖੇਡਦੇ ਖੇਡਦੇ ਰਾਜਾ ਦੇ ਮਹਿਲਾਂ ਵਿੱਚ ਚਲੇ ਜਾਂਦੇ ਸਨ, ਅੱਜ ਵੀ ਚਲੇ ਗਏ, ਅੱਜ ਇਸੇ ਤਰ੍ਹਾਂ ਰਾਜਾ ਨੇ ਸਭ ਦੀ ਬਾਬਤ ਪੁੱਛਣਾ ਸ਼ੁਰੂ ਕਰ ਦਿੱਤਾ, ਇਹ ਕਿਸ ਦਾ ਬੱਚਾ ਹੈ, ਕਿਸ ਦਾ ਬੱਚਾ ਹੈ। ਮੇਰੀ ਵਾਰੀ ਆਈ ਤਾਂ ਉਹਨਾਂ ਵਿੱਚੋਂ ਦੱਸਣ ਵਾਲੇ ਨੇ ਦੱਸਿਆ ਵੀ ਇਹ ਫਲਾਣੇ ਮਕਾਨ ਵਿੱਚ ਕਮਾਈ ਰਹਿੰਦੀ, ਉਸਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੀ ਦੇ ਖਿਆਲ ਵਿੱਚ ਕੀ ਗੱਲ ਆਈ, ਉਸਨੇ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਅੰਦਰੋਂ ਇੱਕ ਮਾਈ ਆਈ, ਉਸਨੇ ਬਾਂਹ ਤੋਂ ਫੜ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਚਪੇੜਾਂ ਵੀ 2 ਮਾਰੀਆਂ। ਇਹ ਲਫ਼ਜ਼ ਵੀ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਇਸਦਾ ਪਿਆਰ ਲੈਣਾ ਸੀ ਅਤੇ ਮੈਥੋਂ ਜਨਮ ਲੈਂਦਾ, ਉਹ ਤੋਂ ਕਿਉਂ ਜੰਮੇ। ਇਹ ਲਫ਼ਜ਼ ਕਹੇ, ਪਤਾ ਨਹੀਂ ਕੌਣ ਸੀ ਕੌਣ ਨਹੀਂ। ਜਦੋਂ ਇਹ ਗੱਲ ਧਰੂ ਨੇ ਕਹੀ, ਧਰੂ ਦੀ ਮਾਤਾ ਸਮਝ ਗਈ ਵੀ ਮੇਰੀ ਹੀ ਭੈਣ ਹੈ, ਜਿਸਨੇ ਪਹਿਲੇ ਇਤਨਾ ਦੁਸ਼ ਕੀਤਾ, ਰਾਜਾ ਦੀ ਨਾਰਾਜ਼ਗੀ ਮੇਰੇ ਉੱਪਰ ਹੋਈ, ਖਾਸ ਮਹਿਲਾਂ ਵਿੱਚੋਂ ਅਲੈਦਾ ਕਰ ਦਿੱਤਾ ਗਿਆ, ਹੁਣ ਬੱਚਿਆਂ ਨਾਲ ਕੀ ਵਿਰੋਧ, ਪਰ ਈਰਖਾ ਹਸਦ ਸੜੇਵਾਂ, ਇਹ ਇਹੋ ਜਿਹੀ ਮਨ ਦੀ ਬਿਮਾਰੀ ਹੈ, ਸਾਸੰਗ ਕਦੇ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੇ। ਇਹਨੂੰ ਮਨ ਦੀ ਤਪਦਿਕ ਦੱਸਿਆ ਹੈ, ਕਿਸੇ ਦੇ ਗੁਣੇਸ਼ਵਰ ਵਿੜਾਈਆਂ ਆਦਿ ਦੇਖ ਕੇ ਚਿੱਤ ਵਿੱਚ ਜਲਣਾ। ਸੋਈਓ ਇਸ ਕਰਕੇ ਧਰੂ ਦੀ ਮਾਤਾ ਨੇ ਕਿਹਾ, ਠੀਕ ਹੈ ਬੇਟਾ, ਤੇਰੀ ਮਾਸੀ ਠੀਕ ਕਹਿੰਦੀ ਹੈ, ਤੇਰਾ ਵਾਕਈ ਰਾਜਾ ਦੀ ਗੋਦ ਵਿੱਚ ਬੈਠਣ ਦਾ ਹੱਕ ਨਹੀਂ ਸੀ, ਸਾਡਾ ਪਿਛਲੇ ਜਨਮ ਦਾ ਕੁਛ ਤਪ ਦੇ ਵਿੱਚ ਵਿਘਨ ਹੈ, ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖ ਕੇ, ਤੈਂ ਵੀ ਕੀਤੀ, ਮੈਂ ਵੀ ਕੀਤੀ, ਮੈਂ ਰਾਜਾ ਦੇ ਘਰ ਜਨਮ ਲਿਆ, ਰਾਜਾ ਦੀ ਲੜਕੀ, ਰਾਜਾ ਦੇ ਘਰ ਸ਼ਾਦੀ ਹੋਈ, ਪਰ ਨਾਰਾਜ਼ਗੀ ਰਾਜਾ ਦੀ, ਪਿਛਲੇ ਜਨਮ ਦੀ ਤਪੱਸਿਆ ਦੀ ਭੰਗਣਾ ਇਹ ਨਿਸ਼ਾਨੀ ਹੈ, ਅਤੇ ਬਾਕੀ ਤੂੰ ਵੀ ਰਾਜਪੁੱਤਰ ਹੈ, ਤੇਰੇ ਤੈਂ ਵੀ ਪਿਛਲੇ ਜਨਮ 'ਚ ਪ੍ਰਤੀਤ ਹੁੰਦਾ, ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖ ਕੇ, ਲੇਕਿਨ ਵਿਘਨ ਹੈ, ਕਮੀ ਹੈ, ਕਮਜ਼ੋਰੀ ਹੈ, ਜਿਸ ਕਰਕੇ ਪੂਰਾ ਪੂਰਾ ਲਾਭ ਨਹੀਂ ਤੈਨੂੰ ਪ੍ਰਾਪਤ ਹੋਇਆ। ਇਹ ਸਾਡੇ ਦੋਨਾਂ ਦਾ
ऐसा ही पंगना प्रतीत हुंदी है, इवें जवाब दिंदी है माता। लाल वे भगती ना कीती रब दी बची जा, भगती ना कीती रब दी ਸੁਨੀਤਾ ਸੁਹਾਣੀ ਹੈ ਜਨਮ ਦੀ ਨਾਮ ਨ ਭਗਤੀ ਕਰਮ ਦੜੀਤਾ ਸਬਬ ਦੱਸਿਆ ਸਾਡੇ ਦੋਨਾਂ ਦੇ ਨਿਰਾਦਰ ਦਾ ਕਾਰਨ ਪਿਛਲੇ ਜਨਮ ਦੀ ਤਪੱਸਿਆ ਦੇ ਵਿੱਚ ਭੰਗਣਾ ਹੈ। ਜੋ ਕੁਛ ਇਨਸਾਨ ਨੂੰ ਪ੍ਰਾਪਤ ਹੁੰਦਾ ਆਪਣੇ ਪੁਰਸ਼ਾਰਥ ਨਾਲ ਹੀ ਮਿਲਦਾ ਹੈ, ਆਪਣੇ ਉੱਦਮ ਨਾਲ ਹੀ ਮਿਲਦਾ ਹੈ। ਪਿਛਲੇ ਜਨਮ ਦੇ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਬੰਦਗੀ ਕੀਤੀ, ਤਪੱਸਿਆ ਕੀਤੀ, ਉਸਦਾ ਫਲ ਹੀ ਰਾਜ ਹੈ। ਪਰ ਵਿੱਚ ਦੀ ਕਈ ਵਿਘਨ ਪਏ ਹੁੰਦੇ ਨੇ, ਉਹ ਰੁਕਾਵਟ ਰੂਪ ਹੋਇਆ ਕਰਦੇ ਨੇ। ਇਸ ਕਰਕੇ ਜੇ ਪਿਛਲੇ ਜਨਮ ਦੀਆਂ ਰੁਕਾਵਟਾਂ ਹਨ, ਹੁਣ ਉਹਨਾਂ ਨੂੰ ਧੋਤਾ ਜਾ ਸਕਦਾ ਹੈ। ਸੋ ਸਾਧ ਸੰਗਤ ਜਦੋਂ ਵਿਚਾਰ ਕਰਕੇ ਦੇਖਿਆ ਜਾਏ, ਜਿਤਨੇ ਸਰੀਰ ਹਨ ਇਹ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ। ਸਰੀਰ ਕੁਛ ਨਹੀਂ, ਕਰਮਾਂ ਨੇ ਸ਼ਕਲਾਂ ਤਾਰੀਆਂ ਹਨ। ਸੰਬੰਧ ਜਿਹੜੇ ਹਨ ਇਹ ਵੀ ਪਿਛਲੇ ਕਰਮਾਂ ਦੀਆਂ ਹੀ ਸ਼ਕਲਾਂ ਤਾਰੀਆਂ ਹੋਈਆਂ ਹਨ। ਕਿਸੇ ਤੋਂ ਸੁੱਖ, ਕਿਸੇ ਤੋਂ ਦੁੱਖ ਦੀ ਪ੍ਰਾਪਤੀ ਹੋਈ ਜਾਂਦੀ ਹੈ। ਔਰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ। ਦੱਦਾ ਦੋਸ਼ ਨੂੰ ਦੇਵ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਣਾ। ਸੁੱਖ ਦੁੱਖ ਪੂਰਵ ਜਨਮ ਕੇ ਲੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ਼ ਦੇਣ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਸੁੱਖ ਦੁੱਖ ਜੋ ਮਿਲ ਰਹੇ ਨੇ ਪ੍ਰਾਣੀ ਨੂੰ, ਪਿਛਲੇ ਕਰਮਾਂ ਦਾ ਫਲ ਹੈ, ਕਿਉਂਕਿ ਸਰੀਰ ਪਿਛਲੇ ਕਰਮਾਂ ਦਾ ਰਚਿਤ ਹੈ। ਕਰਮ ਸ਼ੁਭ ਅਸ਼ੁਭ ਦੋ ਕਿਸਮ ਦੇ ਹੋਇਆ ਕਰਦੇ ਹਨ। ਸ਼ੁਭ ਕਰਮਾਂ ਦਾ ਫਲ ਸੁੱਖ, ਅਸ਼ੁਭ ਦਾ ਦੁੱਖ ਹੋਇਆ ਕਰਦਾ ਹੈ। ਜਿਸ ਵਕਤ ਪਿਛਲੇ ਸ਼ੁਭ ਕਰਮ ਫਲ ਦੇਣ ਨੂੰ ਸਨਮੁੱਖ ਹੋਇਆ ਕਰਦੇ ਹਨ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅਸ਼ੁਭ ਕਰਮ ਫਲ ਦੇਣ ਨੂੰ ਸਨਮੁੱਖ ਹੁੰਦੇ ਹਨ, ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਦੁੱਖਾਂ ਨੂੰ ਕੈਂਸਲ ਕੀਤਾ ਜਾ ਸਕਦਾ ਹੈ, ਸੁੱਖ ਵੀ ਕੈਂਸਲ ਹੋ ਜਾਇਆ ਕਰਦੇ ਹਨ। ਕੱਪੜੇ 'ਚ ਮੈਲ ਵੀ ਪੈ ਜਾਂਦੀ ਹੈ, ਮੈਲ ਧੋਤੀ ਵੀ ਜਾ ਸਕਦੀ ਹੈ। ਅਗਰ ਕੱਪੜੇ 'ਚ ਮੈਲ ਕੱਢਣੀ ਹੋਵੇ ਕੱਢ ਸਕਦੇ ਹਾਂ, ਹੋਰ ਪਾਉਣੀ ਹੋਰ ਵੀ ਪਾ ਸਕਦੇ ਹਾਂ। ਇਸੀ ਤਰ੍ਹਾਂ ਕਰਮ ਜਿਹੜੇ ਹਨ
ਇਹਨਾਂ ਵਿੱਚ ਘਾਟਾ ਵਾਧਾ ਹੋ ਜਾਂਦਾ ਹੈ। ਦੇਖੋ ਨਾ ਇੱਕ ਦਫ਼ਾ ਦਾ ਜ਼ਿਕਰ, ਸਤਿਗੁਰੂ ਨਾਨਕ ਦੇਵ ਮਹਾਰਾਜ ਜਲੰਧਰ ਦੀ ਸਾਰ ਕਰ ਰਹੇ, ਕਿਸੇ ਛੋਟੇ ਜਿਹੇ ਸ਼ਹਿਰ ਦੇ ਬਾਹਰ ਚੁਮਾਸੇ ਦਾ ਮੌਸਮ ਹੋਣ ਕਰਕੇ ਰਿਹਾਇਸ਼ ਕਰ ਦਿੰਦੇ ਹਾਂ। ਉੱਚਾ ਟਿੱਬਾ, ਇੱਕ ਇਹੋ ਜਿਹਾ ਦਰਖਤ ਉਹਦੇ ਉੱਪਰ ਮਾਨੋ ਤੰਬੂ ਲੱਗਿਆ, ਉਸਦੇ ਹੇਠਾਂ ਆਸਣ ਲਗਾ ਦਿੱਤੇ। ਤੀਸਰਾ ਪਹਿਰ ਮਰਦਾਨਾ ਕੀਰਤਨ ਕਰਨਾ ਸ਼ੁਰੂ ਕਰ ਦਿੰਦਾ ਹੈ। ਭਾਈ ਬਾਲਾ ਗੁਰੂ ਬਾਬਾ ਜੀ ਨੂੰ ਚਮਰ ਕਰ ਰਿਹਾ ਹੈ, ਮਰਦਾਨਾ ਕੀਰਤਨ ਕਰ ਰਿਹਾ। ਗੁਰੂ ਬਾਬਾ ਜੀ ਸਮਾਧ ਅਸਥਿਤ ਹਨ। ਸੋ ਸੂਰਜ ਛਿਪਣ ਵਾਲਾ ਹੋਇਆ, ਇੱਕ ਕੋਈ ਦੁਕਾਨਦਾਰ ਸਵਖਤੇ ਦੁਕਾਨ ਬੰਦ ਕਰਕੇ ਬਾਹਰ ਨਿਕਲਿਆ ਫਿਰਨ ਤੁਰਨ ਵਾਸਤੇ। ਉਸ ਤਰਫ ਨਿਕਲ ਆਇਆ, ਕੀ ਦੇਖਦਾ ਹੈ, ਤਿੰਨ ਫਕੀਰ ਬੈਠੇ ਹਨ। ਸੋ ਮਰਦਾਨਾ ਕੀਰਤਨ ਕਰਦਾ ਹੈ, ਭਾਈ ਵਾਲਾ ਚਮਰ ਕਰਦਾ ਹੈ, ਗੁਰੂ ਬਾਬਾ ਜੀ ਨੇਤਰ ਮੀਟ ਸਮਾਧੀ ਵਿੱਚ ਲੀਨ ਹਨ। ਕਿਉਂ ਆਪ ਵੀ ਬੈਠ ਗਿਆ, ਮਨ ਨੂੰ ਬੜੀ ਸ਼ਾਂਤੀ ਆਈ, ਠੰਡ ਆਈ। ਉਸ ਤੋਂ ਬਾਅਦ ਪੁੱਛਿਆ ਭਾਈ ਵਾਲੇ ਨੂੰ ਭੋਜਨ ਪਾਣੀ ਦਾ ਇੰਤਜ਼ਾਮ। ਉਸਨੇ ਕਿਹਾ ਨਾਨਕ ਨਿਰੰਕਾਰੀ ਹੈ, ਸਵਾਲ ਨਹੀਂ ਕਿਸੇ ਨੂੰ ਪਾਉਂਦੇ, ਪ੍ਰੇਮ ਨਾਲ ਕੋਈ ਲੈ ਆਉਂਦਾ ਉਹਦਾ ਪ੍ਰੇਮ ਪੂਰਾ ਕਰ ਦਿੰਦੇ, ਨਹੀਂ ਪਾਉਣੋ ਹਾਰੀ ਰਹਿੰਦੇ ਹੈ, ਇਤਿਆਦ ਦੇ ਸਵਾਲ ਹਨ। ਉਸਨੇ ਰੋਜ਼ ਹੀ ਇਸ ਵਕਤੇ ਦੁਕਾਨ ਬੰਦ ਕਰਨੀ ਸ਼ੁਰੂ ਕਰ ਦਿੱਤੀ, ਕੁਛ ਭੋਜਨ ਤਿਆਰ ਕਰਵਾ ਕੇ ਲੈ ਜਾਣਾ, ਸੇਵਾ ਕਰਨੀ, ਕੀਰਤਨ ਸੁਣਨਾ, ਰੋਜ਼ਾਨਾ ਇਹ ਨਿਯਮ ਬਣ ਲਿਆ ਉਸਨੇ। ਕਈ ਦਿਨ ਗੁਜ਼ਰ ਗਏ, ਉਸਦਾ ਇੱਕ ਗੁਆਂਢੀ ਦੁਕਾਨਦਾਰ ਸੀ, ਉਹ ਪੁੱਛਣ ਲੱਗਾ ਵੀ ਕੀ ਗੱਲ, ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਵਕਤ ਨਹੀਂ ਸਨ ਦੁਕਾਨਾਂ ਦੇ ਖੁੱਲ੍ਹਣ ਦੇ ਅਤੇ ਬੰਦ ਹੋਣ ਦੇ। ਉਹ ਕਹਿਣ ਲੱਗਾ ਕੀ ਗੱਲ, ਇਸ ਵਕਤੇ ਰੋਜ਼ ਹੀ ਦੁਕਾਨ ਬੰਦ ਕਰ ਜਾਂਦਾ ਹੈ, ਦੁਕਾਨਦਾਰ ਦਾ ਤਾਂ ਕੰਮ ਹੈ ਇਸ ਵਕਤੇ ਦੁਕਾਨ ਖੋਲ੍ਹੇ ਅਤੇ ਵੱਡੀ ਗਾਤਗੀਆਂ ਬੰਦ ਕਰੇ ਤਾਂ ਕੁਛ ਖੱਟਦਾ ਹੈ, ਤੂੰ ਉਸ ਵਕਤੇ ਹੀ ਬੰਦ ਕਰ ਜਾਂਦਾ। ਉਹ ਪ੍ਰੇਮੀ ਕਹਿਣ ਲੱਗਾ ਬਈ ਗੱਲ ਤਾਂ ਠੀਕ ਹੈ ਤੇਰੀ, ਪਰ ਫਿਰ ਵੀ ਬਾਹਰ ਤਿੰਨ ਸੰਤ ਉਤਰੇ ਹੋਏ ਹਨ, ਉਹਦਾ ਦਰਸ਼ਨ ਕੀਤਾ, ਬੜੀ ਮਨ ਨੂੰ ਸ਼ਾਂਤ ਆਈ, ਜਾ ਕੇ ਕੀਰਤਨ ਸੁਣੀਂਦਾ, ਦਰਸ਼ਨ ਕਰੀਂਦਾ ਹੈ, ਜਿਤਨਾ ਸਰਦਾ ਹੈ ਸੇਵਾ ਕਰੀਂਦੀ ਹੈ, ਭੋਜਨ ਵਗੈਰਾ ਬਣਵਾ ਕੇ ਲੈ ਜਾਈਂਦਾ, ਇਉਂ ਅਸੀਂ ਇਉਂ ਆਪਣਾ ਥੋੜ੍ਹਾ ਬਹੁਤਾ ਭਲਾ ਗ੍ਰਸਤੀ ਕਰ ਸਕਦੇ ਹਾਂ। ਇਹ ਸੁਣ ਕੇ ਮਨ ਨੂੰ ਸ਼ਾਂਤ ਆਉਂਦੀ, ਹਾਂ ਕਹਿਣ ਲੱਗਾ, ਇਹ ਜੀ ਮਨ ਦੀ ਸ਼ਾਂਤ, ਮਨ ਦੀ ਠੰਡ ਹੋਰ ਕਿਤੇ ਨਸੀਬ ਨਹੀਂ ਹੋਈ ਮੈਨੂੰ ਤਾਂ ਸਾਰੀ ਜ਼ਿੰਦਗੀ ਵਿੱਚ। ਉਹ ਕਹਿੰਦੇ ਮੈਨੂੰ ਵੀ ਲੈ ਚੱਲ, ਗੁਆਂਢੀ ਦੁਕਾਨਦਾਰ ਕਹਿੰਦੇ ਮੈਨੂੰ ਵੀ ਲੈ ਚੱਲ। ਅਤੇ ਉਹਨੂੰ ਕਹਿਣ ਲੱਗੇ ਤੇਰੇ ਵਾਸਤੇ ਕਿਹੜਾ ਦਰਵਾਜ਼ੇ ਬੰਦ ਹਨ, ਜੈਂਦ ਰਾਵਤ ਜਾਤ ਹੈ, ਹਟਕੇ ਨਾਹੀਂ ਕੋਏ, ਸੁਧਰ ਕੈਸੇ ਛੋੜੀਏ ਜੋਧਰ ਐਸਾ ਹੋਏ। ਕੋਈ ਦਰਵਾਜ਼ੇ ਨੂੰ ਜਿੰਦੇ ਤਾਂ ਨਹੀਂ ਲੱਗੇ, ਤੂੰ ਚਲਾ ਚੱਲ, ਉੱਥੇ ਹਰੀ ਜਾ ਸੁਣਦਾ, ਤੂੰ ਸੁਣੇ, ਤੂੰ ਲਾਭ ਉਠਾ। ਉਹ ਵੀ ਦੁਕਾਨ ਬੰਦ ਕਰਕੇ ਚੱਲ ਪਿਆ। ਪ੍ਰਸਾਦ ਸਿੰਘ ਕੋਈ ਪੂਰਵਲੇ ਮਾੜੇ ਕਰਮ ਸਤਸੰਗ ਵਿੱਚ ਆਉਣ ਨਹੀਂ ਦਿੰਦੇ, ਭਜਨ ਕਰਨ ਨਹੀਂ ਦਿੰਦੇ, ਪ੍ਰਤੀਬੰਧ ਹੁੰਦੇ, ਰੁਕਾਵਟ ਰੂਪ ਹੋ ਜਾਇਆ ਕਰਦੇ ਹਨ। ਰਸਤੇ 'ਚ ਆਉਂਦੇ ਆਉਂਦਿਆਂ ਉਹ ਬੁਰੇ ਪਾਸੇ ਜਾਣ ਲੱਗ ਪਿਆ। ਇਹ ਗੁਰੂ ਦਾ ਪ੍ਰੇਮੀ, ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਜਾਂਦਾ। ਹੁਣ ਦੋਨਾਂ ਨੇ ਇੱਕੋ ਵੇਲੇ ਦੁਕਾਨਾਂ ਬੰਦ ਕਰਨੀਆਂ, ਉਹਨੇ ਬੁਰੇ ਪਾਸੇ ਜਾਣਾ, ਉਹਨੇ ਗੁਰੂ ਬਾਬਾ ਜੀ ਦੇ ਦਰਸ਼ਨਾਂ ਨੂੰ ਜਾਣਾ। ਇਸੇ ਤਰ੍ਹਾਂ ਕਈ ਦਿਨ ਵਰਤ ਵਰਤਾਰਾ ਹੁੰਦਾ ਚਲਾ ਗਿਆ। ਇੱਕ ਦਿਨ ਵਿਚਾਰ ਕੀਤੀ, ਪੁੱਛਣ ਲੱਗਾ ਇੱਕ ਸੰਗੀ ਆਦਮੀ ਵੀ ਤੂੰ ਕਿਹੜੇ ਵੇਲੇ ਮੁੜਦਾ ਹੁੰਦਾ ਹੈ, ਕਿਸ ਕੁ ਵਕਤ ਮੁੜਦਾ ਹੁੰਦਾ। ਉਸਨੇ ਕਿਹਾ ਹਾਂ ਕੁਛ ਰਾਤ ਗੁਜ਼ਰ ਜਾਂਦੀ ਹੈ ਤਾਂ ਮੁੜੀਂਦਾ, ਉਹਨਾਂ ਦੇ ਘਰ ਵੀ ਨਾਲ ਨਾਲ ਹੀ ਸੰਦਰ ਸਨ। ਸੋ ਕਹਿਣ ਲੱਗਾ ਜੇ ਪਹਿਲਾਂ ਮੈਂ ਆ ਗਿਆ ਮੈਂ ਇੱਥੇ ਬਹਿ ਜਾਊਂਗਾ, ਤੂੰ ਪਹਿਲਾਂ ਤੂੰ ਇੱਥੇ, ਆਪਾਂ ਘਰ ਵੀ ਇਕੱਠੇ ਹੀ ਚੱਲਣਾ ਅੱਜ। ਇਹ ਮਤਾਂ ਉਹਨਾਂ ਪੱਕਾ ਲਿਆ। ਗੁਰੂ ਜੀ ਦਾ ਪ੍ਰੇਮੀ ਤਾਂ ਉੱਧਰ ਨੂੰ ਚਲਾ ਗਿਆ। ਇਹ ਜਿੱਥੇ ਰੋਜ਼ ਜਾਂਦਾ ਹੁੰਦਾ ਸੀ ਕਿਤੇ ਬੁਰੇ ਕਰਤੱਬ ਨੂੰ, ਉੱਥੇ ਗਿਆ ਤਾਂ ਉੱਥੇ ਜਿੰਦਰਾ ਵੱਜਿਆ। ਐ ਨਹੀਂ ਮੁੜ ਕੇ ਆ ਕੇ ਉੱਥੇ ਬਹਿ ਗਿਆ ਜਿੱਥੇ ਦਾ ਇਹਨਾਂ ਨੇ ਮਤਾ ਪਕਾਇਆ ਸੀ। ਉਦਾਸ ਹੈ ਚਿੱਤ ਕੁਛ, ਉਦਾਸ ਆਦਮੀ ਕਦੇ ਉਂਗਲਾਂ ਪਾਉਂਦਾ, ਉਂਗਲਾਂ ਦੀਆਂ ਗੰਢਾਂ ਪਾਉਂਦਾ, ਮਿੱਟੀ ਫਰੋਲਦਾ, ਡੱਕੇ ਤੋੜਦਾ, ਇਹੋ ਜਿਹੀਆਂ ਹਰਕਤਾਂ ਕਰਿਆ ਕਰਦਾ। ਬੈਠੇ ਬੈਠੇ ਉਸਨੇ ਮਿੱਟੀ ਫਰੋਲਣੀ ਸ਼ੁਰੂ ਕਰ ਦਿੱਤੀ, ਕੁਦਰਤੀ ਇੱਕ ਬੁਕਚਾ ਲੱਭ ਜਾਂਦਾ ਜੋ ਸਾਰਾ ਕੋਇਲਿਆਂ ਦਾ ਭਰਿਆ, ਇੱਕੋ ਦੇ ਵਿੱਚ ਮੋਹਰ ਹੈ ਸੋਨੇ ਦੀ। ਬੜਾ ਖੁਸ਼ ਹੋ ਗਿਆ, ਮਾਇਆ ਮਿਲ ਗਈ। ਖੈਰ ਕੁਛ ਦੇਰ ਤੋਂ ਬਾਅਦ ਗੁਰੂ ਜੀ ਦਾ ਪ੍ਰੇਮੀ ਉਹ ਵੀ ਆਉਂਦਾ, ਅੰਧੇਰਾ ਹੋਇਆ, ਲੰਘਣਾਉਂਦਾ ਆਉਂਦਾ, ਪੁੱਛਣਗੇ ਕੀ ਗੱਲ ਹੈ, ਲੰਘ ਮਾਰਦਾ ਮੈਂ। ਕਹਿੰਦਾ ਲੰਕਾ ਦੀ ਮਾਰਦਾ, ਮੇਰੇ ਬੜਾ ਜ਼ਬਰਦਸਤ ਕੰਡਾ ਲੱਗਿਆ ਪੈਰ ਵਿੱਚ, ਸੋ ਕੱਲ੍ਹ ਨੂੰ ਕੱਢਾਂਗੇ, ਹੁਣ ਪਤਾ ਨਹੀਂ ਲੱਗਾ, ਤਕਲੀਫ ਬੜੀ ਹੈ। ਕਹਿਣ ਲੱਗੇ ਇਹੀ ਫਾਇਦਾ ਉਠਾਇਆ ਸਾਧਾਂ ਦੇ ਦਰਸ਼ਨ ਕਰਨ ਦਾ, ਯਾਨੀ ਮਾਹੌਲ ਕਰਦਾ, ਦੇਖ ਮੈਂ ਨਾਲੇ ਬੁਰੇ ਪਾਸੇ ਜਾਂਦਾ ਸੀ, ਨਾਲ ਮੈਨੂੰ ਮੋਹਰ ਲੱਭ ਗਈ ਹੈ ਸੋਨੇ ਦੀ। ਇਹ ਬਚਨ ਸੁਣ ਕੇ ਜੋ ਸਤਸੰਗੀ ਗੁਰਮੁਖ ਸੀ ਉਹ ਕਹਿਣ ਲੱਗਾ ਬਈ ਸਿਆਣਿਆਂ ਲੋਕਾਂ ਦਾ ਵਿਚਾਰ ਹੈ, ਇਨਸਾਨ ਜੇ ਬੁਰੇ ਪਾਸੇ ਜਾਵੇ ਉਹਦੇ ਚੰਗੇ ਕਰਮ ਜਿਹੜੇ ਹਨ ਉਹ ਕਟੀਜਦੇ ਹਨ, ਜੇ ਚੰਗੇ ਪਾਸੇ ਜਾਵੇ ਬੁਰੇ ਕਰਮ ਕੱਟੇ ਜਾਂਦੇ ਹਨ।
ਸੋ ਸਾਨੂੰ ਭਾਵੇਂ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਆਪਾਂ ਗੁਰੂ ਬਾਬਾ ਜੀ ਨੂੰ ਪੁੱਛ ਲਵਾਂਗੇ। ਖੈਰ ਦੂਜੇ ਦਿਨ ਉਹ ਵੀ ਆ ਗਿਆ ਪੁੱਛਣ ਵਾਸਤੇ ਵੀ ਇਹ ਤਾਂ ਕੀ ਹੇਤੂ ਹੈ। ਸੋ ਪ੍ਰੇਮੀ ਨੇ, ਗੁਰਮੁਖ ਨੇ ਗੱਲ ਚਲਾਈ, ਗਰੀਬ ਨਵਾਜ ਮੇਰੇ ਕੰਡਾ ਲੱਗਿਆ, ਹਜ਼ੂਰ ਦੇ ਰੋਜ਼ ਦਰਸ਼ਨ ਕਰਨਾ ਆਈਂਦਾ ਸੀ, ਜਿੰਨੀ ਕੁ ਆਪ ਸੇਵਾ ਕਰਵਾਉਂਦੇ ਸੋ ਸੇਵਾ ਵੀ ਹੋ ਜਾਂਦੀ ਸੀ, ਇਹ ਬੁਰੇ ਪਾਸੇ ਜਾਂਦਾ ਸੀ। ਇਹਨੂੰ ਬੁਕਚਾ ਲੱਭਿਆ ਕੋਲਿਆਂ ਦਾ, ਪਰ ਇੱਕ ਮੋਹਰ ਲੱਭ ਗਈ। ਸੋ ਮੈਨੂੰ ਇਹ ਮਾਹੌਲ ਕਰਦਾ, ਛੱਠਾ ਕਰਦਾ। ਸੋ ਇਹ ਕਿਰਪਾ ਕਰਕੇ ਦੱਸੋ ਇਹ ਇਸ ਗੱਲ ਵਿੱਚ ਕੀ ਭੇਦ ਹੈ। ਗੁਰੂ ਜੀ ਪੁੱਛਦੇ ਨੇ, ਪ੍ਰੇਮੀਓ ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ ਹੈ? ਤੁਹਾਨੂੰ ਪਿਛਲੇ ਜਨਮ ਦੀ ਬਾਬਤ ਕੁਛ ਗਿਆਨ ਹੈ? ਦੋਵੇਂ ਕਹਿੰਦੇ, ਮਹਾਰਾਜ ਨਹੀਂ ਪਤਾ। ਅਤੇ ਜੇ ਨਹੀਂ ਪਤਾ ਭਾਈ, ਫਿਰ ਇਸ ਗੱਲ ਦੇ ਉੱਪਰ ਹੱਸਣਾ ਮਾਹੌਲ ਕਰਨਾ ਤਾਂ ਫਜ਼ੂਲ ਗੱਲਾਂ ਨੇ। ਸੋ ਗੁਰੂ ਜੀ ਨੇ ਫਰਮਾਇਆ, ਪਿਛਲੇ ਜਨਮਾਂ ਦੇ ਸਾਡੇ ਸਰੀਰ ਬਣੇ ਹੁੰਦੇ ਹਨ। ਸੋ ਉਸਦੇ ਮੁਤਾਬਕ ਇਸ ਨੂੰ ਦੁੱਖ ਸੁੱਖ ਮਿਲਦੇ ਹਨ। ਜਿਹੜਾ ਪ੍ਰਾਣੀ ਚੰਗੇ ਪਾਸੇ ਜਾਂਦਾ, ਉਹਦੇ ਪਿਛਲੇ ਜਨਮ ਦੇ ਪਾਪ ਕਰਮ ਕੱਟੇ ਜਾਂਦੇ ਹਨ, ਯਾਨੀ ਦੁੱਖ ਕੈਂਸਲ ਹੁੰਦੇ ਹਨ, ਦੁੱਖਾਂ ਵਿੱਚ ਕਮੀ ਹੁੰਦੀ ਹੈ, ਸੁੱਖ ਵੱਧਦੇ ਹੈ। ਜਿਹੜਾ ਬੁਰੇ ਪਾਸੇ ਜਾਂਦਾ ਹੈ, ਉਹਦੇ ਸੁੱਖ ਘਟਦੇ ਹਨ, ਦੁੱਖਾਂ ਵਿੱਚ ਤਰੱਕੀ ਹੁੰਦੀ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਹਨ, ਉਹ ਪ੍ਰੇਮ ਨੂੰ ਜਿਹਨੂੰ ਮੋਹਰ ਲੱਭੀ ਸੀ, ਕਹਿਣਗੇ ਪਿਛਲੇ ਜਨਮ ਦੇ ਵਿੱਚ ਤੈਂ ਇੱਕ ਮੋਹਰ ਦਾਨ ਕੀਤੀ ਸੀ, ਬੁਕਚਾ ਮੋਹਰਾਂ ਦਾ ਭਰਿਆ ਲੱਭਣਾ ਸੀ, ਜੇਕਰ ਅੱਜ ਵੀ ਜਾਂਦਾ ਇਹ ਵੀ ਕੋਲਾ ਬਣ ਜਾਂਦਾ, ਪਾਪ ਅੱਗ ਵੀ ਛੱਡ ਜਾਂਦਾ। ਰੋਜ਼ ਤੂੰ ਬੁਰੇ ਪਾਸੇ ਜਾਂਦਾ ਰਿਹਾ, ਮੋਹਰਾਂ ਦੇ ਕੋਲੇ ਬਣਦੇ ਚਲੇ ਗਏ। ਇਸ ਪ੍ਰੇਮੀ ਨੇ ਪਿਛਲੇ ਜਨਮ ਦੇ ਵਿੱਚ ਇਸ ਤੋਂ ਕੋਈ ਇਹੋ ਜਿਹਾ ਕਰਮ ਹੋਇਆ ਸੀ, ਇਹਨੇ ਸੂਲੀ ਚੜ੍ਹਨਾ ਸੀ, ਪਰ ਇਹ ਕਿਉਂਕਿ ਸੇਵਾ ਕਰਦਾ ਰਿਹਾ, ਸੁਮਾਰਗ ਚੱਲਦਾ ਰਿਹਾ, ਇਸ ਕਰਕੇ ਇਸਦੇ ਕੰਡੇ ਨਾਲ ਹੀ ਸੂਲ ਨਾਲ ਹੀ ਛੁਟਕਾਰਾ ਹੋ ਗਿਆ ਹੈ। ਕਿਉਂ ਇਸ ਤਰੀਕੇ ਸਿਰ ਸਾਧਸੰਗ ਚੰਗੇ ਪਾਸੇ ਚੱਲਿਆ, ਗੁਰਮੁਖ ਮਾਰਗ 'ਤੇ ਚੱਲਿਆ, ਭਜਨ ਸੇਵਾ ਨਾਮ ਦਾ ਇਸ਼ਨਾਨ ਕੀਤੀਆਂ, ਪਿਛਲੇ ਜਨਮਾਂ ਦੇ ਮੰਦ ਕਰਮ ਕੱਟੇ ਜਾਂਦੇ ਹਨ, ਜਿਵੇਂ ਸਾਬਣ ਲਾਏ ਅਤੇ ਕੱਪੜੇ ਦੀ ਮੈਲ ਕੱਟੀ ਜਾਂਦੀ ਹੈ। ਬੁਰੇ ਪਾਸੇ ਜਿਹੜਾ ਆਦਮੀ ਚੱਲਦਾ ਹੈ, ਉਹਦੇ ਪੁੰਨ ਕਰਮ ਨਸ਼ਟ ਹੋ ਜਾਂਦੇ ਹਨ, ਮਨ ਸੁੱਖ ਨਸ਼ਟ ਹੁੰਦੇ ਹਨ, ਪੁੰਨਾਂ ਦਾ ਫਲ ਸੁੱਖ ਹੁੰਦਾ, ਉਹਦੇ ਵਿੱਚ ਕਮੀ ਹੁੰਦੀ ਹੈ, ਇਸ ਕਰਕੇ ਇਉਂ ਘਾਟਾ ਵਾਧਾ ਹੋ ਜਾਂਦਾ ਹੈ। ਸੋ ਇੱਧਰ ਧਰੂ ਦੀ ਮਾਤਾ ਧਰੂ ਨੂੰ ਸਮਝਾ ਰਹੀ ਹੈ, ਬੇਟਾ ਇਸ ਗੱਲ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਆਪਣੇ ਕਰਮਾਂ ਦਾ ਹੀ ਕਸੂਰ ਹੈ। ਤੇਰੀ ਮਾਸੀ ਜੋ ਕੁਛ ਕਹਿੰਦੀ ਹੈ ਉਹ ਸੱਚ ਕਹਿੰਦੀ ਹੈ, ਉਹਨੇ ਠੀਕ ਕਿਹਾ ਹੈ, ਗਲਤ ਨਹੀਂ ਕਿਹਾ ਹੈ, ਆਪਾਂ ਨੂੰ ਇਸ ਤੋਂ ਕੁਛ ਸਿੱਖਿਆ ਲੈਣੀ ਚਾਹੀਦੀ ਹੈ, ਇਉਂ ਕਹਿੰਦੀ ਹੈ। ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਬੱਚਿਆ, ਭਗਤੀ ਨਾ ਕੀਤੀ ਰੱਬ ਦੀ ਅੰਨਾ।
ਜਿਸ ਵਕਤ ਧਰੋਂ ਦੀ ਮਾਤਾ ਨੇ ਉਸਨੂੰ ਅੱਛੀ ਤਰ੍ਹਾਂ ਸਮਝਾਇਆ ਬੁਝਾਇਆ, ਇਹ ਆਪਣੇ ਕਰਮਾਂ ਦਾ ਹੀ ਫਲ ਹੈ, ਕਿਸੇ ਦਾ ਕੋਈ ਦੋਸ਼ ਨਹੀਂ ਹੈ। ਸੋ ਦੁੱਖ ਸੁੱਖ ਪ੍ਰਾਣੀ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ, ਇਹਨਾਂ ਦੇ ਵਿੱਚ ਫਰਕ ਵੀ ਪੈ ਸਕਦਾ ਹੈ, ਫਰਕ ਪਾ ਸਕਦਾ ਹੈ। ਫਿਰ ਧਰੂ ਨੇ ਪੁੱਛਿਆ, ਮਾਤਾ ਉਹ ਉਪਾ ਉਹ ਯਤਨ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਹੋਣ ਸਭ ਮੀਤਾ, ਉਹ ਕਿਹੜਾ ਉੱਦਮ ਹੈ, ਕਿਹੜਾ ਉਪਾ ਹੈ, ਕਿਹੜਾ ਪੁਰਸ਼ਾਰਥ ਹੈ ਜਿਸਦੇ ਕੀਤਿਆਂ ਸਾਡਾ ਹੱਕ ਰਾਜ ਭਾਗ ਮੁੜ ਮਿਲ ਜਾਵੇ। ਸਾਡੇ ਨਾਲ ਜੋ ਦੁਸ਼ਮਣੀ ਕਰ ਰਹੇ ਹਨ ਮੇਰਾ ਪਿਤਾ ਅਤੇ ਮਾਸੀ ਆਦਿ, ਇਹ ਵੀ ਸਾਡੇ ਹਿੱਤੂ ਹੋ ਜਾਣ, ਕੋਈ ਇਹੋ ਜਿਹਾ ਉਪਾਅ ਦੱਸ। ਧਰੂ ਦੀ ਮਾਤਾ ਵਾਹਿਗੁਰੂ ਦੀ ਭਗਤੀ ਦੇ ਭਾਵਾਂ ਤੋਂ ਵਾਕਫ ਸੀ, ਇਸ ਰਾਜਾਂ ਤੋਂ ਜਾਣੂ ਸੀ। ਉਹ ਕਹਿਣਗੀ, ਬੇਟਾ ਸਭ ਤੋਂ ਅੱਛਾ ਉਪਾਅ ਤਾਂ ਪ੍ਰਭੂ ਦੀ ਭਗਤੀ ਹੀ ਹੈ। ਵਾਹਿਗੁਰੂ ਦਾ ਭਜਨ ਹੈ ਜਿਹੜਾ ਪੁੱਠੀਆਂ ਸਿੱਧੀਆਂ ਕਰ ਸਕਦਾ ਹੈ। ਪ੍ਰਭੂ ਦੀ ਸ਼ਰਨ ਗਿਰਿਆ, ਪ੍ਰਭੂ ਤਾਂ ਕਹਿੰਦਾ ਹੈ ਜੀ ਤੂੰ ਮੇਰੀ ਸ਼ਰਨ ਗਿਰ, ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ, ਇਉਂ ਕਹਿੰਦਾ ਹੈ। ਤਾਂ ਸਭ ਤੋਂ ਵੱਡਾ ਉਪਾਅ ਹੈ ਪੁੱਠੀਆਂ ਨੂੰ ਸਿੱਧੀਆਂ ਕਰਨ ਦਾ, ਵਾਹਿਗੁਰੂ ਦੀ ਭਗਤੀ ਤਕੜਾ ਹੋ ਕੇ ਕਰਨਾ। ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਕਿਰਪਾ ਹੋ ਜਾ ਵਾਹਿਗੁਰੂ। ਬਾਤ ਤੇ ਪਈ ਸੀ ਦਰੀ, ਦੂਤ ਦੁਸ਼ਟ ਸਜਨਈ
अंधकार में रतन प्रकाश हो। मलीन बुद्ध अछनाई जो कृपा गोविंद पाई। परमेश्वर की कृपा हो जाए टुटियां सिद्धियां हो सकदियां, दुखां दे सुख बन जाते हैं। सो इसी तरह हर हालत में तबादला हो जाता है, परमेश्वर की कृपा हो जाए। पर कृपा कद हुंदी है? जदों तकड़ा होकर उसकी बंदगी करे, उसकी भगती करे तन मन वार के, तो उसकी कृपा हुंदी है। स्वयं देखो ना कि किसी समय कोई राजा सफल होया, उसने एक लड़का जन्मिया कुबड़ा, कुब्बा लड़का। सो उसका वजीर उसके अन्ना लड़का जमे, फिर राजे दे लड़की जमी पिनस्थना वाली। सो इन्होंने विचार की, राजा वजीर ने भी की गल है, इन्होंने बच्चों की दुश्मन है। ज्योतिषियों बुला के पूछया भी इन्हों बाब कुछ दसो। ज्योतिषियों ने दसिया बड़े अभाग हैं, जेकर थोड़े राज भाग विच रहे नष्ट होने का खतरा है, इन्हों अपनी हद तो बाहर छड़ना चाहिए। रथ विच बिठा के इन्हों तिना बच्चों उस राजा की हद तो परे किसी होर राजा की हद विच छोड़ दिता। तो हदायत की गुरां नूं ना आयो पर बेशक जायो, थोनू इस वास्ते करों अलहदा किया गया, थोड़े विच ए नुकसान। ज्योतिषियों ने कहा जे तुसीं इन्हां दे राज भाग विच रहे इन्हां दा राज ना नष्ट हो जाए। राज प्यारे राजियां भाई दुर प्यारे, राजा नूं राज प्यारे होंदे ने, भरावां आदि नाल नहीं हित हुंदा। संयम करके इत्थे खैरो जंगल बियाबान विच रहिंदे हन, कुदरती उत्थे पानी दे चश्मे हन, अच्छे अच्छे फलदार दरख्त हन, फल खा छड़दे हन, पानी वगैरह पी छड़दे हन। यह जे अच्छे थां बने हन, घरां तों भी बड़े चंगे, उत्थे उन्हां दी रहायश अपनी रहायश कर लैंदे ने। इसी तरह कुछ समा गुजरिया तां एक महात्मा उस तरफ आ निकले, पुछण लगे तुसीं कौन हो, इत्थे फिरदे हो? उन्हां सारी हकीकत खोल के दसी, असीं दोवें लड़का लड़की राजा दे हाँ, यह वजीर दा लड़का है, साढ़े विच दूषण होने करके उन्होंने सानू घरों कढ दिता, कहा भी साड़ी हद विच ना आयो पर आ जायो। सो महात्मा कहन लगे तुसीं अपने वक्त नूं सफला करो, समा बड़ी दुर्लभ चीज़ है, इस समय नूं नरक भी बना सकींदा है, स्वर्ग भी बना सकींदा है, वैकुंठ भी बना सकींदा है। समय नूं जिस पासे खर्चो उहा जिहा समा बन जांदा है, बुरे पासे लगावे तां फल नरक बन गया, पुन्ना विच लगाओ स्वर्ग बन गया, वाहिगुरू की भगती द्वारा वैकुंठ बन जाता ही हो। क्यों अपने समय को खराब करो, तो लाभ उठाओ, शायद थोड़े कर्म बदल जाए। सो भजन कराया करो। उन्होंने महात्मा ने कहा, वह कहने कि भजन करिए, असं नहीं जानते जी का भजन करना और किमें करना है। सत्संग शक्ति की हर का जोड़ा हो सीखना ही पैदा है, वह तो जाणू ही होना पैदा, जाणू कोई दूसरा करवा देगा। इस वास्ते महात्मा ने परमेश्वर का नाम दसिया, कोई ढंग युक्ति तरीका दसिया, तो परमेश्वर के साकार स्वरूप का ध्यान दसिया। पहले पहल निराकार की बाबत अजाणा सूझबूझ नहीं होंगी, पहले साकार का ही ध्यान कराया जाता है। साकार स्वरूप का ध्यान और गुरमंत्र का जाप, ये दोवें चीज़ा मन को स्थिर ते एकाग्र कर दिया हैं। एकाग्रता दे विच हौली हौली बड़े बड़े गुण आ जाया करते हैं, अखीर सरगुण तो निर्गुण प्रगट हो जाया करता है। करियों दसो भी ए भजन करो, ए ध्यान करो, तुसीं दिन रात करो, देखो इसका की नतीजा अच्छा निकलेगा। सो यूँ उन्होंने इसी तरह किया, कुछ वक्त भी बन ले, तुरते फिरते भी करते हैं। सो यूँ करते 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 मन एकाग्र होने लग जाता है, पहले हठ नाल करना पैंदा है भजन। सो यूँ करते करते सहज अवस्था आ जाती, एकाग्रता आ जाती है, वही भजन का स्वरूप हो जाता है। पहले जितनी देर तक मन नहीं लगता घबराहट होंगी है, नितनेम करना भी औखा जहा हो जाता है। सो मन कहें छेती उठ खड़की लैना,
ਪਰ ਜਦੋਂ ਹੱਟ ਨਾਲ ਕੁਛ ਦੇਰ ਕਰਦੇ ਰਹੀਏ ਮਨ ਸ਼ੁੱਧ ਹੋ ਜਾਂਦਾ ਹੈ। ਸੋ ਸ਼ੁੱਧ ਹੋਏ ਤੋਂ ਬਾਅਦ ਮਨ ਇਕਾਗਰਤਾ ਫੜਨ ਲੱਗ ਪੈਂਦਾ। ਇਕਾਗਰ ਮਨ ਉਸਨੂੰ ਭਜਨ ਦਾ ਆਨੰਦ, ਭਜਨ ਦਾ ਰਸ ਪ੍ਰਾਪਤ, ਉਹ ਸੁੱਖ ਉਸ ਆਨੰਦ ਨੂੰ ਫਿਰ ਛੱਡਣਾ ਨਹੀਂ ਚਾਹੁੰਦਾ। ਜਿਹੋ ਜਿਹਾ ਭਜਨ ਦਾ ਆਨੰਦ ਹੈ ਦੁਨੀਆ 'ਤੇ, ਉਹੋ ਜਿਹਾ ਸੁੱਖ ਹੋਰ ਕਿਤੇ ਵੀ ਨਹੀਂ ਹੈ। ਸੋ ਇਉਂ ਕਰਕੇ ਉਹਨਾਂ ਨੂੰ ਹੌਲੀ ਹੌਲੀ ਭਜਨ ਦਾ ਆਨੰਦ ਪ੍ਰਾਪਤ ਹੋ ਗਿਆ। ਇਕਾਗਰਤਾ ਜੋ ਬਣਨ ਲੱਗ ਪਈ, ਸੋ ਭਜਨ ਕਰਦਿਆਂ ਕਰਦਿਆਂ ਪਹਿਲੇ ਕਰਤੱਵ ਹੁੰਦਾ, ਸਮਾਂ ਪਾ ਕੇ ਉਸਦਾ ਫਲ ਮਿਲਿਆ ਕਰਦਾ। ਕਈ ਕੁ ਲੋਕਾਂ ਦਾ ਖਿਆਲ ਹੈ ਪਹਿਲੇ ਫਲ ਮਿਲ ਜੇ ਪਿੱਛੋਂ ਕਰਤੱਵ ਕਰੀਏ, ਇਹ ਅਸੂਲ ਗਲਤ ਹੈ। ਪਹਿਲੇ ਕਰਤੱਵ ਹੈ ਪਿੱਛੋਂ ਫਲ ਹੋਇਆ ਕਰਦਾ। ਪਹਿਲੇ ਸਾਲ ਭਰ ਮਿਹਨਤ ਹੈ ਬੱਚਿਆਂ ਦੀ ਸਕੂਲਾਂ ਵਿੱਚ, ਫਿਰ ਅਗਰ ਅੱਛੀ ਮਿਹਨਤ ਕਰਦੇ ਹਨ ਅਗਲੀ ਜਮਾਤ ਵਿੱਚ ਚੜ੍ਹਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਰ ਵੀ ਪਹਿਲੇ ਮਿਹਨਤ ਕਰਦੇ ਹਨ ਮਹੀਨਾ ਭਰ, ਪਿੱਛੋਂ ਮਹੀਨਾ ਤੋਂ ਬਾਅਦ ਉਹਨੂੰ ਤਨਖਾਹ ਮਿਲਦੀ। ਮੁਲਾਜ਼ਮਾਂ ਲੋਕਾਂ ਨੂੰ ਜ਼ਿਮੀਂਦਾਰ 6 ਮਹੀਨੇ ਮਿਹਨਤ ਕਰਦਾ, ਪਿੱਛੋਂ ਜਾ ਕੇ ਘਰ ਦਾਣੇ ਆਉਂਦੇ ਨੇ ਫਸਲ 'ਤੇ। ਇਸੇ ਤਰ੍ਹਾਂ ਪਹਿਲੇ ਮਿਹਨਤ ਹੈ ਪਿੱਛੋਂ ਉਸਦਾ ਫਲ ਹੋਇਆ ਕਰਦਾ ਹੈ। ਕਿਸੇ ਆਸ 'ਤੇ ਮਿਹਨਤ ਕੀਤੀ ਜਾਂਦੀ ਹੈ, ਆਸ ਵੀ ਦ੍ਰਿੜਤਾ ਨਾਲ ਹੋਵੇ। ਜੇ ਜ਼ਿਮੀਂਦਾਰ ਨੂੰ ਇਹ ਵਿਸ਼ਵਾਸ ਨਾ ਹੋਵੇ ਵੀ ਦਾਣੇ ਨਹੀਂ ਆਉਣੇ ਤਾਂ ਕਾਹਨੂੰ ਮਿਹਨਤ ਕਰੇ, ਉਹਨੂੰ ਪੱਕਾ ਵਿਸ਼ਵਾਸ ਹੈ ਦਾਣੇ ਆਉਣਗੇ। ਜੇ ਮੁਲਾਜ਼ਮ ਹੈ ਉਹਨੂੰ ਇਹ ਨਾ ਵਿਸ਼ਵਾਸ ਹੋਵੇ ਨੌਕਰੀ ਨਹੀਂ ਮਿਲੇਗੀ, ਅਤੇ ਫਿਰ ਉਹਨੇ ਨੌਕਰੀ ਕੀ ਕਰਨੀ। ਉਹਨੂੰ ਵਿਸ਼ਵਾਸ ਹੋਈ ਨੌਕਰੀ ਜ਼ਰੂਰ ਮਿਲੇਗੀ। ਇਸੇ ਤਰ੍ਹਾਂ ਸਾਰਿਆਂ ਨੂੰ ਆਪਣੇ ਆਪਣੇ ਕੰਮ 'ਤੇ ਵਿਸ਼ਵਾਸ ਹੁੰਦਾ। ਇਸੇ ਤਰ੍ਹਾਂ ਭਜਨ ਕਰਨ ਵਾਲੇ ਨੂੰ ਵੀ ਭਜਨ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਵੀ ਇਸਦਾ ਫਲ ਵੀ ਅਵਸ਼ ਮਿਲੇਗਾ। ਪਹਿਲੇ ਕਰਤੱਵ ਹੈ ਫਿਰ ਫਲ ਹੈ। ਸਵਯੋਂ ਇਸੇ ਤਰ੍ਹਾਂ ਕੁਝ ਦੇਰ ਤੋਂ ਬਾਅਦ ਉਹਦਾ ਮਨ ਇਕਾਗਰ ਹੋਣ ਲੱਗ ਪਿਆ। ਇਕਾਗਰਤਾ ਦੇ ਸੁੱਖ ਸ਼ਾਂਤੀ ਵੀ ਵਧਣ ਲੱਗ ਪਈ ਅਤੇ ਉਸਨੇ ਫਲ ਵੀ ਦੇਣਾ ਹੋਇਆ। ਸੋ ਇਉਂ ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਉਹ ਘੁਬੜਾ ਲੜਕਾ ਉਸ ਅੰਧੇ ਲੜਕੇ ਨੂੰ ਵਜ਼ੀਰ ਦੇ ਨੂੰ ਕਹਿਣਗੇ, ਬਈ ਉਹ ਕਿਆ ਸੋਹਣੇ ਸੋਹਣੇ ਫਲ ਹਨ, ਉਹ ਦਰਖਤ ਚੁੱਕਿਆ ਹੋਇਆ ਫਲਾਂ ਨਾਲ, ਮੈਨੂੰ ਵੋਢਿਆਂ 'ਤੇ ਬਿਠਾ, ਨਾਲੇ ਤੂੰ ਖਾ ਨਾਲੇ ਅਸੀਂ ਖਾਈਏ, ਸਾਰੇ ਖਾਵਾਂਗੇ। ਸੋ ਉਸ ਨੂੰ ਮੋਢਿਆਂ 'ਤੇ ਬਿਠਾ ਲਿਆ ਕੁਬੜੇ ਲੜਕੇ ਨੂੰ, ਆਪ ਫਲ ਖਾਈ ਜਾਂਦਾ ਹੈ ਅਤੇ ਉਹ ਲੜਕੀ ਹੈ ਉਸ ਕੁਬੜੇ ਦੀ, ਉਹ ਵੀ ਉਸਨੂੰ ਵੀ ਦੇਈ ਜਾਂਦਾ। ਲੇਕਿਨ ਨੇਤਰਹੀਨ ਪੁਰਸ਼ ਨੂੰ ਭਰਮ ਹੋਇਆ ਕਰਦਾ, ਭਰਮ ਹੀ ਹੁੰਦੇ ਨੇ ਬਹੁਤੇ। ਉਹ ਕਹਿੰਦਾ ਵੀ ਤੁਸੀਂ ਭੈਣ ਭਰਾ ਦੋਵੇਂ ਫਲ ਖਾਈ ਜਾਂਦੇ, ਮੈਨੂੰ ਦਿੰਦੇ ਨਹੀਂ। ਜੇ ਮੈਂ ਤੈਨੂੰ ਮੋਢਿਆਂ 'ਤੇ ਨਾ ਚੱਕਾਂ, ਤੂੰ ਕਿੱਥੋਂ ਫਲ ਤੋੜ ਲਵੇਂ। ਉੱਪਰ ਬੈਠੇ ਨੇ ਉਸਨੇ ਕੁਬੜੇ ਨੇ ਉਹਦੇ ਦੋਵੇਂ ਅੱਡੀਆਂ, ਕਿਉਂ ਮੋਢਿਆਂ 'ਤੇ ਬੈਠਾ ਸੀ, ਦੋਵੇਂ ਅੱਡੀਆਂ ਵੱਖੀਆਂ 'ਚ ਮਾਰੀਆਂ, ਜਿਵੇਂ ਘੋੜੇ ਦੇ ਸਵਾਰ ਦੋਵੇਂ ਅੱਡੀਆਂ ਵੱਖੀਆਂ 'ਚ ਮਾਰਦਾ। ਕਹਿਣ ਲੱਗਾ, ਦੇਖ ਅੰਨਾ ਨਾ ਹੋਵੇ, ਜੇ ਅਸੀਂ ਨਾ ਹੋਈਏ ਤਾਂ ਰੁਲ ਕੇ ਮਰ ਜਾਏ। ਇਹ ਲਫ਼ਜ਼ ਕਹੇ ਅਤੇ ਉਸਨੇ ਗੁੱਸੇ ਵਿੱਚ ਆ ਕੇ ਉਸ ਅੰਧੇ ਨੇ ਉਸ ਕੁਬੜੇ ਨੂੰ ਆਪਣੇ ਮੋਢਿਆਂ ਤੋਂ ਜ਼ਮੀਨ 'ਤੇ ਪਟਕ ਮਾਰਿਆ। ਜ਼ਮੀਨ 'ਤੇ ਡਿੱਗਣ ਦੀ ਦੇਰ ਸੀ, ਕੁੱਬ ਪਾਰ ਡਿੱਗਿਆ, ਉਹਦਾ ਕੁੱਬ ਸਿੱਧਾ ਹੋ ਜਾਂਦਾ ਹੈ। ਸੋ ਉਹ ਲੜਕੀ ਨੇ ਵੀ ਮੇਰੇ ਭਰਾ ਨੂੰ ਸਿੱਟਤਾ, ਉੱਥੇ ਇੱਕ ਪੱਥਰ ਪਿਆ ਸੀ ਤਿੱਖਾ ਜਿਹਾ, ਉਹਦੇ ਮੱਥੇ ਵਿੱਚ ਮਾਰਿਆ ਅੰਧੇ ਦੇ। ਉਹ ਪੱਥਰ ਤਿੱਖਾ ਲੱਗਣ ਦੀ ਦੇਰ ਸੀ, ਕੋਈ ਇਹੋ ਜਿਹਾ ਗੰਦਾ ਖੂਨ ਨਿਕਲ ਗਿਆ, ਅੱਖਾਂ 'ਚ ਰਾਗਾਂ ਮੰਗ ਖੁੱਲ ਜਾਂਦੀਆਂ, ਦਿਸਣ ਲੱਗ ਪਿਆ। ਭਾਵੇਂ ਉਹਨੂੰ ਦਿਸਣ ਲੱਗ ਪਿਆ, ਉਹਨੂੰ ਗੁੱਸਾ ਆਇਆ ਵੀ ਮੇਰੇ ਇਸਨੇ ਪੱਥਰ ਮਾਰਿਆ, ਸਾਹਮਣੇ ਲੜਕੀ ਖੜੀ ਸੀ। ਗੁੱਸੇ ਵਿੱਚ ਆ ਕੇ ਉਹਦੀ ਛਾਤੀ 'ਚ ਲੱਤ ਮਾਰੀ, ਤੀਜਾ ਸਥਾਨ ਦਬ ਜਾਂਦਾ ਹੈ। ਤਿੰਨੇ ਨਿਰਦੋਸ਼ ਹੋ ਗਏ। ਖੁਸ਼ਣ, ਦੱਸੋ ਆਪਾਂ ਨੂੰ ਕਿਉਂ ਘਰੋਂ ਕੱਢਿਆ ਸੀ, ਇਹੀ ਦੋਸ਼ ਸਨ, ਇਹ ਦੂਸ਼ਣ ਸਾਡੇ ਦੂਰ ਹੋ ਗਏ। ਸੋ ਘਰ ਚਲੋ, ਘਰ ਚੱਲੀ, ਘਰ ਆ ਗਏ, ਸਾਰੀ ਗੱਲ ਦੱਸੀ। ਫਿਰ ਰਾਜਾ ਦਾ ਲੜਕਾ, ਉਸਨੂੰ ਰਾਜ ਕਾਜ ਦੀ ਬਾਬਤ ਜਾਣੂ ਕਰਾਇਆ ਗਿਆ। ਉਹ ਲੜਕੀ ਨੂੰ ਕੁਛ ਵਿੱਦਿਆ ਵਗੈਰਾ ਦੇ ਕੇ ਉਹ ਰਾਜਾ ਨਾਲ ਸ਼ਾਦੀ ਕਰ ਦਿੱਤੀ ਗਈ। ਵਜ਼ੀਰ ਦੇ ਲੜਕੇ ਨੂੰ ਵਜ਼ੀਰੀ ਦੇ ਗੁਣ ਸਿਖਾਏ ਗਏ, ਆਪਣੇ ਆਪਣੇ ਅਹੁਦਿਆਂ 'ਤੇ ਉਹ ਰਾਜਾ ਬਣੇ, ਉਹ ਵਜ਼ੀਰ ਬਣ ਗਿਆ, ਰਾਜੇ ਦੀ ਲੜਕੀ ਹੋ ਕਿਸੇ ਰਾਜਾ ਨੂੰ ਲੈ ਗਈ। ਇਹਨੇ ਪੁੱਠੀਆਂ ਸਿੱਧੀਆਂ ਬਣ ਗਈਆਂ ਜਦੋਂ ਉਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ। ਤਾਂ ਤੇ ਧਰੂ ਦੀ ਮਾਤਾ ਕਹਿੰਦੀ ਹੈ, ਭਾਈ ਪਰਮੇਸ਼ੁਰ ਆਰਾਧੀ ਧਰੂ ਨੇ ਪੁੱਛਿਆ, ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ ਦੇ ਹੋਣ ਸਭ ਮੀਤਾ। ਤਾਂ ਜਵਾਬ ਮਿਲਿਆ, ਪਰਮੇਸ਼ੁਰ ਆਰਾਧੀਏ ਜਿੱਦੋਂ ਹੋਈਏ ਪਤਤ ਬਨੀਤਾ। ਪਰਮੇਸ਼ੁਰ ਦੀ ਭਗਤੀ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਅਤੇ ਬੜੇ ਬੜੇ ਪਾਪੀ ਪਵਿੱਤਰ ਹੋ ਗਏ ਹਨ, ਪੁੱਠੀਆਂ ਸਿੱਧੀਆਂ ਹੋ ਜਾਂਦੀਆਂ। ਤਾਂ ਤੇ ਸਭ ਤੋਂ ਵੱਡਾ ਉੱਦਮ ਬੇਟਾ ਵਾਹਿਗੁਰੂ ਦੀ ਭਗਤੀ ਕਰਨਾ ਹੈ। ਦਾਦਾ ਬੋਲੇ, ਭਾਈ ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਕਿਰਪਾ ਹੋ ਜਾ ਵਾਹਿਗੁਰੂ। ਧਰੂ ਦੀ ਮਾਤਾ ਨੇ ਇਹ ਸਿਕਸ਼ਾ ਦਿੱਤੀ। ਇਹੋ ਜਿਹੇ ਵਚਨ ਸੁਣ ਕੇ ਧਰੂ ਦੇ ਚਿੱਤ ਵਿੱਚ ਲੱਗਣ ਲੱਗ ਗਏ, ਸ਼ੌਕ ਪੈਦਾ ਹੋ ਗਿਆ
ਸਾਸਨ ਲਗਨ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਸ਼ੌਕ ਤੋਂ ਬਿਨਾਂ ਭਗਤੀ ਹੁੰਦੀ ਨਹੀਂ। ਤਾਂ ਤੇ ਜਦੋਂ ਲਗਨ ਲੱਗ ਜਾਏ ਫਿਰ ਹੀ ਇਹ ਭਗਤੀ ਕਰ ਸਕਦੀ। ਧਰੂ ਨੂੰ ਲਗਨ ਲੱਗੀ ਤਾਂ ਉਹਨਾਂ ਨੇ ਆਗਿਆ ਮੰਗੀ, ਮਾਤਾ ਮੈਨੂੰ ਆਗਿਆ ਦੇਵੋ ਮੈਂ ਕਿਸੇ ਇਕਾਂਤ ਬਣ ਵਿੱਚ ਜਾ ਕੇ ਭਜਨ ਕਰਾਂ, ਤਪ ਕਰਾਂ, ਪਰਮੇਸ਼ੁਰ ਦੀ ਬੰਦਗੀ ਕਰਾਂ, ਔਰ ਉਸ ਤੋਂ ਮਨ ਪਾਉਂਦਾ ਵਰ ਲੈ ਲਵਾਂ, ਰਾਜ ਭਾਗ ਦਾ ਵਰ ਲੈ ਲਵਾਂ। ਇਤਿਹਾਸ ਧਰੂ ਨੇ ਮਾਤਾ ਤੋਂ ਆਗਿਆ ਮੰਗੀ ਪਰ ਮਾਤਾ ਨੇ ਆਗਿਆ ਨਾ ਦਿੱਤੀ। ਹੁਣ ਇੱਥੋਂ ਕੱਲ੍ਹ ਤੋਂ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਸਤੋਤਰ ਪੜ੍ਹੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ।